ਅਣਖੀਲਾ ਪੰਜਾਬ ਦੇ ਦਰਸ਼ਕਾਂ ਦੀ ਖਿਦਮਤ ਦੇ ਵਿੱਚ ਹੁਣ ਹਾਜ਼ਰ ਹੋ ਚੁੱਕੀ ਹੈ ਮੈਂ ਖੁਸ਼ਬੀਰ ਸਿੱਧੂ। ਸਤਿ ਸ਼੍ਰੀ ਅਕਾਲ। ਪ੍ਰਾਈਮ ਟਾਈਮ ਵਿਦ ਬਖਤੌਰ ਢਿੱਲੋਂ, ਪਰ ਅੱਜ ਦਾ ਇਹ ਪ੍ਰਾਈਮ ਟਾਈਮ ਵਿਦ ਬਖਤੌਰ ਢਿੱਲੋਂ ਰਹੇਗਾ ਐਕਸਕਲੂਸਿਵ ਪ੍ਰਾਈਮ ਟਾਈਮ ਵਿਦ ਬਖਤੌਰ ਢਿੱਲੋਂ ਜੀ। ਜੀ ਹਾਂ, ਤਾਂ ਇਸ ਦੇ ਵਿੱਚ ਤਮਾਮ ਦਰਸ਼ਕਾਂ ਦਾ ਮੈਂ ਸਵਾਗਤ ਕਰਦੇ ਹੋਏ ਸਰਦਾਰ ਬਖਤੌਰ ਸਿੰਘ ਢਿੱਲੋਂ ਜੀ ਨੂੰ ਖੁਸ਼ਬੀਰ ਸਿੱਧੂ ਬੁਲਾਉਂਦੀ ਹਾਂ। ਸਤਿ ਸ਼੍ਰੀ ਅਕਾਲ। ਧੰਨਵਾਦ ਜੀ, ਮਿਹਰਬਾਨੀ। ਐਕਸਕਲੂਸਿਵ ਪ੍ਰਾਈਮ ਟਾਈਮ ਵਿਦ ਬਖਤੌਰ ਢਿੱਲੋਂ ਦੀ ਖਾਸੀਅਤ ਇਹ ਹੈ ਜੀ ਕਿ ਅਸੀਂ ਕਿਸੇ ਨਾ ਕਿਸੇ ਸ਼ਖਸੀਅਤ ਦੀ ਜਾਂ ਫਿਰ ਕੋਈ ਅਜਿਹੀ ਗੱਲ ਜੋ ਇਤਿਹਾਸ ਦੇ ਵਿੱਚ ਵਾਪਰੀ ਹੁੰਦੀ ਹੈ ਉਸ ਨੂੰ ਤੁਹਾਡੀ ਖਿਦਮਤ ਦੇ ਵਿੱਚ ਲੈ ਕੇ ਆਉਂਦੇ ਹਾਂ। ਅੱਜ ਗੱਲ ਕਰਾਂਗੇ ਦੋ ਪਰਿਵਾਰਾਂ ਦੀ। ਬਿਲਕੁਲ ਜੀ, ਦੋ ਪਰਿਵਾਰ। ਕਿਹੜੇ ਪਰਿਵਾਰ? ਕੈਪਟਨ ਕਮਲਜੀਤ ਸਿੰਘ ਜੀ ਦਾ ਪਰਿਵਾਰ ਅਤੇ ਨਾਲ ਹੀ ਟੌੜਾ ਪਰਿਵਾਰ। ਤਾਂ ਕੈਪਟਨ ਕਮਲਜੀਤ ਸਿੰਘ ਦੇ ਪਰਿਵਾਰ ਨੂੰ ਅਤੇ ਟੌੜਾ ਪਰਿਵਾਰ ਨੂੰ, ਦੋਨਾਂ ਪਰਿਵਾਰਾਂ ਦੀ ਜੇਕਰ ਮੈਂ ਸਮੁੱਚੇ ਰੂਪ ਦੇ ਵਿੱਚ ਗੱਲ ਕਰਾਂ, ਕਿਸ ਤਰ੍ਹਾਂ ਰੋਲਿਆ ਸਿਆਸੀ ਤੌਰ 'ਤੇ ਬਾਦਲਾਂ ਨੇ, ਅੱਜ ਦਾ ਮੇਰਾ ਵਿਸ਼ਾ ਰਹੂਗਾ ਜੀ। ਬਿਲਕੁਲ ਖੁਸ਼ਵੀਰ, ਜਦੋਂ ਅਸੀਂ ਗੱਲ ਕਰਦੇ ਹਾਂ ਜੀ ਦੋ ਪਰਿਵਾਰਾਂ ਦੀ, ਇੱਕ ਜਥੇਦਾਰ ਗੁਰਚਰਨ ਸਿੰਘ ਟੌੜਾ, ਦੂਸਰੇ ਕੈਪਟਨ ਕਮਲਜੀਤ ਸਿੰਘ ਜੀ, ਥੋੜ੍ਹਾ ਜਿਹਾ ਫਰਕ ਹੈ ਦੋਨਾਂ 'ਚ ਜੀ। ਜਥੇਦਾਰ ਗੁਰਚਰਨ ਸਿੰਘ ਟੌੜਾ ਇੱਕ ਸਧਾਰਨ ਪਰਿਵਾਰ 'ਚ ਪੈਦਾ ਹੁੰਦੇ ਹੈ। ਠੀਕ ਹੈ। ਸਧਾਰਨ ਪਰਿਵਾਰ ਦੇ ਵਿੱਚ ਪੈਦਾ ਹੋ ਕੇ ਅਕਾਲੀ ਰਾਜਨੀਤੀ ਦੇ ਵਿੱਚ ਪ੍ਰਵੇਸ਼ ਕਰਦੇ ਹਨ। ਠੀਕ ਹੈ। ਅਕਾਲੀ ਰਾਜਨੀਤੀ ਦੇ ਵਿੱਚੋਂ ਵੀ ਉਹਨਾਂ ਨੇ ਤਰਜੀਹ ਹੈ ਜਿਹੜੀ ਉਹ ਧਰਮ ਵਾਲੇ ਮਾਮਲੇ ਨੂੰ ਦਿੱਤੀ। ਠੀਕ। ਔਰ ਧਾਰਮਿਕ ਕੰਮਾਂ ਦੇ ਵਿੱਚ ਉਹ ਪੈ ਜਾਂਦੇ ਹੈ, ਬਹੁਤ ਲੰਬਾ ਸਮਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹਿੰਦੇ ਹੈ ਜੀ। ਲੇਕਿਨ ਜੀ ਜੇ ਆਪਾਂ ਕਹੀਏ ਉਹਨਾਂ ਨੂੰ ਵਿਰਸੇ ਵਿੱਚ ਪੋਲੀਟਿਕਸ ਮਿਲੀ ਹੈ, ਉਹ ਨਹੀਂ ਸੀ ਮਿਲੀ ਟੌੜਾ ਪਰਿਵਾਰ ਨੂੰ, ਹੈ ਨਾ, ਜਥੇਦਾਰ ਗੁਰਚਰਨ ਸਿੰਘ ਟੌੜਾ ਨੂੰ, ਇਕੱਲੇ ਟੌੜਾ ਦੀ ਗੱਲ। ਹਾਂ, ਜੇ ਕੈਪਟਨ ਕਮਲਜੀਤ ਸਿੰਘ ਹੋਰਾਂ ਦੀ ਗੱਲ ਕਰੀਏ ਤੇ ਕੈਪਟਨ ਕਮਲਜੀਤ ਸਿੰਘ ਇਸ ਪੱਖੋਂ ਲੱਕੀ ਸੀ। ਅੱਛਾ। ਕਿਉਂਕਿ ਕੈਪਟਨ ਕਮਲਜੀਤ ਸਿੰਘ ਦੇ ਪਿਤਾ ਜੀ ਜੀ ਸਰਦਾਰ ਦਾਰਾ ਸਿੰਘ, ਅੱਛਾ ਜੀ, ਆਪਣੇ ਜ਼ਮਾਨੇ ਦੇ ਬਹੁਤ ਜਿਹੜੇ ਹੈਗੇ ਕਾਬਲ ਫੌਜਦਾਰੀ ਦੇ ਵਕੀਲ ਹੁੰਦੇ ਸੀ। ਕੀ ਬਾਤ ਹੈ। ਪਰ ਉਹਨਾਂ ਦਾ ਜਿਹੜਾ ਯੋਗਦਾਨ ਹੈ, ਉਹਨਾਂ ਦਾ ਯੋਗਦਾਨ ਦੇਸ਼ ਭਗਤੀ ਦੇ ਖੇਤਰ ਵਿੱਚ ਜ਼ਿਆਦਾ ਸੀ। ਠੀਕ ਹੈ। ਕਿਉਂਕਿ ਜਦੋਂ ਉਹ ਵਕੀਲ ਹੁੰਦੇ ਸੀ ਉਸ ਯੁੱਗ ਦੇ ਵਿੱਚ ਬਹੁਤ ਬੁਰੀ ਹਾਲਤ ਸੀ ਪੰਜਾਬ ਦੀ ਜੀ। ਇੱਥੇ ਪ੍ਰੋਬਲਮ ਕਿਸਾਨੀ ਦੀ ਸੀ। ਅੱਛਾ। ਇੱਥੇ ਪ੍ਰੋਬਲਮ ਜਿਹੜੇ ਲੋਕ ਆਜ਼ਾਦੀ ਦੀ ਲੜਾਈ ਲੜਦੇ ਸੀ ਉਹਨਾਂ ਦੀ ਸੀ। ਠੀਕ ਹੈ ਜੀ। ਕਿਉਂਕਿ ਆਜ਼ਾਦੀ ਦੀ ਲੜਾਈ ਵੇਲੇ ਅਸੀਂ ਦੇਖਦੇ ਹਾਂ ਜਿਹੜੀਆਂ ਰਿਆਸਤਾਂ ਸੀ, ਹਾਂਜੀ, ਰਿਆਸਤਾਂ ਦੀ ਲੜਾਈ ਜਿਹੜੀ ਹੈਗੀ ਹੈ ਕਿਤੇ ਔਖੀ ਸੀ। ਅੱਛਾ। ਕਿਉਂਕਿ ਰਿਆਸਤਾਂ ਦੇ ਲੋਕਾਂ ਨੂੰ ਦੂਰੀ ਗੁਲਾਮੀ ਦੇਣੀ ਪੈਂਦੀ ਸੀ। ਅੱਛਾ। ਇੱਕ ਅੰਗਰੇਜ਼ਾਂ ਦੀ ਗੁਲਾਮੀ, ਤੇ ਅੰਗਰੇਜ਼ਾਂ ਦੇ ਗੁਲਾਮ ਹੁੰਦੇ ਸੀ ਰਾਜੇ, ਤੇ ਰਾਜਿਆਂ ਦੇ ਗੁਲਾਮ ਹੁੰਦੇ ਸੀਗੇ ਆਮ ਲੋਕ, ਪਰਜਾ ਹੁੰਦੀ ਸੀ। ਸੋ ਅਸੀਂ ਦੂਰੇ ਗੁਲਾਮ ਹੁੰਦੇ ਸੀ ਜਿਹੜੇ ਰਿਆਸਤਾਂ ਦੇ, ਪ੍ਰਾਦੀਨਤਾ ਦਾ ਮਤਲਬ। ਹਾਂ ਹਾਂ ਹਾਂ, ਸੰਤਾਪ ਚੱਲਿਆ। ਹਾਂ, ਉਸ ਵੇਲੇ ਜਿਹੜੇ ਲੋਕ ਲੜਦੇ ਹੁੰਦੇ ਸੀ ਆਜ਼ਾਦੀ ਵਾਸਤੇ ਜੀ, ਉਹਨਾਂ ਨੇ ਬਣਾਈ ਸੀ ਆਪਣੀ ਇੱਕ ਮੂਵਮੈਂਟ। ਠੀਕ ਹੈ। ਕਿਉਂਕਿ ਕਾਂਗਰਸ ਪਾਰਟੀ ਜਿਹੜੀ ਹੈ ਰਿਆਸਤਾਂ ਵਾਲੇ ਖਿੱਤੇ ਦੇ ਵਿੱਚ ਬਹੁਤੀ ਐਕਟਿਵ ਨਹੀਂ ਸੀਗੀ। ਅੱਛਾ। ਇੱਥੇ ਜਿਹੜੀ ਪਾਰਟੀ ਜਾਂ ਜਿਹੜੀ ਲਹਿਰ ਐਕਟਿਵ ਸੀ ਉਹਦਾ ਨਾਂ ਸੀ ਪਰਜਾ ਮੰਡਲ ਲਹਿਰ। ਪਰਜਾ ਮੰਡਲ ਲਹਿਰ। ਪਰਜਾ ਮੰਡਲ ਲਹਿਰ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਜੀ, ਤਾਂ ਪਰਜਾ ਮੰਡਲ ਲਹਿਰ ਦੇ ਬਾਨੀ ਸੀ ਸਰਦਾਰ ਸੇਵਾ ਸਿੰਘ ਠੀਕਰੀਵਾਲਾ। ਉਹ ਮਤਲਬ ਸਾਰੀਆਂ ਕੜੀਆਂ ਜੁੜਨਗੀਆਂ। ਹਾਂ, ਸਰਦਾਰ ਸੇਵਾ ਸਿੰਘ ਠੀਕਰੀਵਾਲਾ ਇੱਕ ਬਹੁਤ ਵੱਡਾ ਦੇਸ਼ ਭਗਤ ਸੀ, ਤੇ ਜੇ ਸਰਦਾਰ ਸੇਵਾ ਸਿੰਘ ਠੀਕਰੀਵਾਲੇ ਦੇ ਪਰਿਵਾਰ ਦੇ ਉੱਤੇ ਆਪਾਂ ਨਿਗਾਹ ਮਾਰੀਏ, ਹਾਂਜੀ, ਭਾਵੇਂ ਉਹਨਾਂ ਦੇ ਆਪਣੇ ਕੋਈ ਬੇਟਾ ਨਹੀਂ ਸੀ, ਉਹਨਾਂ ਦੀ ਇੱਕ ਬੇਟੀ ਸੀ। ਠੀਕ ਹੈ। ਔਰ ਉਹ ਬੇਟੀ ਕੈਪਟਨ ਅਮਰਿੰਦਰ ਸਿੰਘ ਦੇ ਮਾਮਾ ਜੀ ਨੂੰ, ਅੱਛਾ ਜੀ, ਮੈਰਿਡ ਸੀ। ਠੀਕ ਹੈ। ਠੀਕ ਹੈ। ਲੇਕਿਨ ਸਰਦਾਰ ਸੇਵਾ ਸਿੰਘ ਠੀਕਰੀਵਾਲੇ ਦਾ ਜਿਹੜਾ ਭਰਾ ਦਾ ਪਰਿਵਾਰ ਹੈ ਜੀ, ਉਹ ਬਹੁਤ ਬੁਲੰਦੀਆਂ ਤੇ ਪਹੁੰਚਿਆ ਹੋਇਆ, ਕੌਮਾਂਤਰੀ ਤੌਰ ਤੇ ਪ੍ਰਸਿੱਧੀ ਹਾਸਲ ਕੀਤੀ ਹੋਈ ਜੀ। ਅੱਜ ਜਦੋਂ ਅਸੀਂ ਕੈਨੇਡਾ ਦੀ ਪੋਲਿਟਿਕਸ ਦੀ ਗੱਲ ਕਰਦੇ ਹਾਂ ਜੀ, ਤਾਂ ਕੈਨੇਡਾ ਦੀ ਪੋਲਿਟਿਕਸ ਦੇ ਵਿੱਚ ਇੱਕ ਸ਼ਖਸ ਦਾ ਨਾਂ ਆਉਂਦਾ ਹੈ ਜਿਹਦਾ ਨਾਂ ਹੈ ਜਗਮੀਤ ਸਿੰਘ। ਬਹੁਤ ਚਰਚਿਤ। ਬਹੁਤ ਹੈ। ਜਗਮੀਤ ਸਿੰਘ ਜਿਹੜਾ ਹੈਗਾ ਬੇਸਿਕਲੀ ਉਹ ਸਰਦਾਰ ਸੇਵਾ ਸਿੰਘ ਠੀਕਰੀਵਾਲੇ ਦੇ ਭਰਾ ਦਾ ਪੁੱਤਰ ਹੈ। ਠੀਕ ਹੈ। ਤੇ ਜੇ ਅਸੀਂ ਦੂਜੇ ਲੋਕ ਇਹਨਾਂ ਦੇ ਨਾਲ ਦੇਖੀਏ, ਇਸ ਮੂਵਮੈਂਟ ਦੇ ਨਾਲ ਕੌਣ ਜੁੜੇ ਸੀ? ਸਰਦਾਰ ਭਗਵਾਨ ਸਿੰਘ ਲੌਂਗੋਵਾਲੀਆ ਜੀ, ਕਾਮਰੇਡ ਜਗੀਰ ਸਿੰਘ ਜੋਗਾ ਜੀ, ਬਾਬੂ ਬਿਰਸ਼ਪਾਨ, ਅਜਿਹੇ ਲੋਕ ਸੀ ਜਿਹੜੇ ਇਹਨਾਂ ਦੇ ਨਾਲ ਜੁੜੇ ਹੋਏ ਸੀ ਜੀ। ਔਰ ਇਹ ਲੋਕ ਜਦੋਂ ਲੜਾਈਆਂ ਲੜਦੇ ਹੁੰਦੇ ਸੀ ਨਾ ਤੇ ਕੇਸ ਬਣਦੇ ਹੁੰਦੇ ਸੀ, ਉਸ ਵੇਲੇ ਇਹਨਾਂ ਦੇ ਕੇਸਾਂ ਦੀ ਪੈਰਵੀ ਕਰਨ ਵਾਲੇ ਜਿਹੜੇ ਵਕੀਲ ਹੁੰਦੇ ਸੀ ਜੀ, ਉਹਨਾਂ ਵਕੀਲਾਂ ਦੇ ਵਿੱਚ ਇੱਕ ਪ੍ਰਮੁੱਖ ਨਾਂ ਹੁੰਦਾ ਸੀ ਸਰਦਾਰ ਦਾਰਾ ਸਿੰਘ, ਕੈਪਟਨ ਕਮਲਜੀਤ ਸਿੰਘ ਦੇ ਬਾਪ ਦਾ। ਉਹ ਅਕਾਲੀ ਰਾਜਨੀਤੀ ਦੇ ਵਿੱਚ, ਦੇਸ਼ ਭਗਤੀ ਦੀ ਰਾਜਨੀਤੀ ਦੇ ਵਿੱਚ ਇੱਕ ਉਹਨਾਂ ਦਾ ਉੱਚਾ ਮੁਕਾਮ ਸੀ। ਠੀਕ ਹੈ। ਔਰ ਉਹਨਾਂ ਦੀ ਬਦੌਲਤ ਹੀ ਕੈਪਟਨ ਕਮਲਜੀਤ ਸਿੰਘ ਜਦੋਂ ਫੌਜ ਦੀ ਨੌਕਰੀ ਤੋਂ ਸੁਰਖਰੂ ਹੋਏ ਜੀ, ਉਧਰੋਂ ਵਿਹਲੇ ਹੋਏ ਤੇ ਉਹਨਾਂ ਨੇ ਰਾਜਨੀਤੀ ਅਡੋਪਟ ਕੀਤੀ ਔਰ ਅਕਾਲੀ ਰਾਜਨੀਤੀ ਦੇ ਵਿੱਚ ਆ ਗਏ। ਠੀਕ ਹੈ। ਪਹਿਲੀ ਵਾਰੀ ਉਹ ਵਜ਼ੀਰ ਬਣਦੇ ਆ ਸਰਦਾਰ ਸੁਰਜੀਤ ਸਿੰਘ ਬਰਨਾਲਾ ਦੀ ਸਰਕਾਰ ਵਿੱਚ ਜੀ, ਜਦੋਂ ਸਰਦਾਰ ਸੁਰਜੀਤ ਸਿੰਘ ਬਰਨਾਲਾ 85 'ਚ ਮੁੱਖ ਮੰਤਰੀ ਬਣਦੇ ਆ। ਠੀਕ ਹੈ। ਉਦੋਂ ਕੈਪਟਨ ਕਮਲਜੀਤ ਸਿੰਘ ਜਿਹੜੇ ਗ੍ਰਹਿ ਵਿਭਾਗ ਦੇ ਇੰਚਾਰਜ ਹੁੰਦੇ ਸੀ। ਅੱਛਾ। ਫਿਰ ਕੈਪਟਨ ਕਮਲਜੀਤ ਸਿੰਘ ਜਿਹੜੇ ਹੈਗੇ ਬਾਦਲ ਸਾਹਿਬ ਦੀ ਸਰਕਾਰ ਜਿਹੜੀ ਬਣਦੀ ਹੈ ਉਹਦੇ ਵਿੱਚ ਆਉਂਦੇ ਹੈ। ਠੀਕ ਹੈ। ਉਹਦੇ ਵਿੱਚ ਉਹ ਵਜ਼ੀਰ ਬਣਦੇ। ਹੁਣ ਜਦੋਂ ਅਸੀਂ ਕੈਪਟਨ ਕਮਲਜੀਤ ਸਿੰਘ ਦੀ ਗੱਲ ਦੇਖੀਏ ਤੇ ਜਥੇਦਾਰ ਟੌੜਾ ਦੀ ਗੱਲ ਦੇਖੀਏ ਜੀ, ਇਹਨਾਂ ਦੇ ਵਿੱਚ ਇੱਕ ਸਮਾਨਤਾ ਹੈ।
ਇਹਨਾਂ ਦਾ ਆਪਸ ਵਿੱਚ ਇੱਕ ਸਬੰਧ ਹੈ। ਅੱਛਾ। ਕਿਉਂਕਿ ਸਬੰਧ ਇਸ ਕਰਕੇ ਪੰਜਾਬ ਨੂੰ ਅਸੀਂ ਤਿੰਨ ਹਿੱਸਿਆਂ 'ਚ ਵੰਡਦੇ ਆ ਭੂਗੋਲ ਤੋਂ। ਅੱਛਾ। ਇੱਕ ਦੁਆਬਾ, ਇੱਕ ਮਾਝਾ ਤੇ ਇੱਕ ਮਾਲਵਾ। ਮਾਲਵਾ ਜਿਹੜਾ ਹੈਗਾ ਦੋਨਾਂ ਖੇਤਰਾਂ ਨਾਲੋਂ ਵੱਡਾ ਹੈ। ਹਾਂਜੀ ਹਾਂਜੀ। ਦੁਆਬੇ ਨਾਲੋਂ ਤੇ ਮਾਝੇ ਨਾਲੋਂ ਦੋਨਾਂ ਨਾਲੋਂ ਵੱਡਾ, ਔਰ ਮਾਲਵੇ ਦਾਈ ਦੀ ਜਿਹੜੀ ਸਟਰੈਂਥ ਆ ਪੰਜਾਬ ਦੀ ਵਿਧਾਨ ਸਭਾ 'ਚ ਜੀ 117 ਸੀਟਾਂ ਜੀ, ਤੇ ਲਗਭਗ ਜਿਹੜੀਆਂ ਹੈਗੀਆਂ 68-69 ਸੀਟਾਂ ਜਿਹੜੀਆਂ ਅਕਾਲੀ ਰਾਜਨੀਤੀ ਦੇ ਵਿੱਚ ਉਭਾਰ ਜੇ ਕਿਸੇ ਲਈ ਚੁਣੌਤੀ ਸੀ ਤਾਂ ਸਿਰਫ ਤੇ ਸਿਰਫ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਨੇ ਸੀ। ਠੀਕ ਹੈ, ਮਤਲਬ ਇਹ ਕਿਉਂਕਿ ਜਿਨ੍ਹਾਂ ਅਕਾਲੀ ਲੀਡਰਾਂ ਦੀ ਅਸੀਂ ਗੱਲ ਕਰਦੇ ਹਾਂ ਅੱਜ ਦੇ ਯੁੱਗ ਦੇ ਵਿੱਚ, ਮੈਂ ਚਾਰ ਅਕਾਲੀ ਲੀਡਰਾਂ ਦਾ ਜ਼ਿਕਰ ਇਹਦੇ 'ਚ ਲੈਣਾ ਚਾਹੁੰਦਾ। ਨੰਬਰ 1 ਦੇ ਉੱਤੇ ਜਥੇਦਾਰ ਮੋਹਨ ਸਿੰਘ ਤੁੜ। ਜਥੇਦਾਰ ਮੋਹਨ ਸਿੰਘ ਤੁੜ ਉਹ ਅਕਾਲੀ ਲੀਡਰ ਸੀ ਜਿਨ੍ਹਾਂ ਨੇ ਕੈਰੋ ਸ਼ਾਹੀ ਦਾ ਸੰਤਾਪ ਭੋਗਿਆ ਸੀ। ਠੀਕ ਹੈ। ਜਦੋਂ ਪ੍ਰਤਾਪ ਸਿੰਘ ਕੈਰੋ ਚੜ੍ਹਾਈ 'ਚ ਹੁੰਦੇ ਸੀ, ਕਾਂਗਰਸ ਪਾਰਟੀ 'ਚ ਹੁੰਦੇ ਸੀ, ਉਦੋਂ ਜਥੇਦਾਰ ਮੋਹਨ ਸਿੰਘ ਤੁੜ ਹੀ ਮੁਕਾਬਲਾ ਕਰਦੇ ਹੁੰਦੇ ਸੀ ਪ੍ਰਤਾਪ ਸਿੰਘ ਕੈਰੋ ਦਾ, ਤੇ ਕੈਰੋ ਦੇ ਜ਼ਮਾਨੇ ਦੇ ਉੱਤੇ ਉਹਨਾਂ 'ਤੇ ਬਹੁਤ ਤਸ਼ੱਦਦ ਹੋਇਆ ਸੀ। ਠੀਕ ਹੈ। ਲੇਕਿਨ ਉਹ ਪਰਿਵਾਰ ਖੁਸ਼ਕਿਸਮਤ ਹੈ ਕਿਉਂਕਿ ਜਥੇਦਾਰ ਮੋਹਨ ਸਿੰਘ ਤੁੜ ਦੇ ਇਸ ਸੰਸਾਰ ਤੋਂ ਸੁਰਖਰੂ ਹੋਣ ਤੋਂ ਬਾਅਦ ਉਹਨਾਂ ਦੇ ਦੋ ਪੁੱਤਰ ਸੀ, ਦੋਨੋਂ ਪੁੱਤਰ ਪਾਰਲੀਮੈਂਟ ਦੇ ਮੈਂਬਰ ਬਣਨ ਵਾਸਤੇ ਦੇ ਵਿੱਚ ਸਫਲ ਹੋ ਗਏ। ਠੀਕ ਹੈ। ਸਰਦਾਰ ਤਰਲੋਚਨ ਸਿੰਘ ਤੁੜ ਤੇ ਸਰਦਾਰ ਲੈਣਾ ਸਿੰਘ ਤੁੜ। ਅੱਛਾ ਜੀ। ਇਮੇਜ ਵਿੱਚ ਜੇ ਅਸੀਂ ਦੁਆਬੇ ਦੀ ਗੱਲ ਦੇਖੀਏ ਤਾਂ ਦੁਆਬੇ ਦੇ ਵਿੱਚ ਸਾਡੇ ਸਮੇਂ ਦੇ ਜਿਹੜੇ ਸਭ ਤੋਂ ਚਰਚਿਤ ਅਕਾਲੀ ਲੀਡਰ ਸੀ ਉਹ ਸੀ ਸਰਦਾਰ ਕੁਲਦੀਪ ਸਿੰਘ ਬਡਾਲਾ। ਬਡਾਲਾ। ਸਰਦਾਰ ਕੁਲਦੀਪ ਸਿੰਘ ਬਡਾਲਾ ਧਨੀ ਕਿਸਾਨ, ਉਹਨਾਂ ਨੂੰ ਦੁਆਬੇ ਦਾ ਆਲੂ ਕਿੰਗ ਵੀ ਕਿਹਾ ਜਾਂਦਾ ਸੀ। ਔਰ ਜੇ ਅਸੀਂ ਉਹਨਾਂ ਦੀ ਇਤਿਹਾਸਕ ਮਹੱਤਤਾ ਦੇਖੀਏ ਤਾਂ ਉਹਨਾਂ ਦੀ ਬਹੁਤ ਵੱਡੀ ਮਹੱਤਤਾ ਹੈ ਕਿਉਂਕਿ ਕਰਤਾਰਪੁਰ ਸਾਹਿਬ ਦੇ ਗੁਰੂ ਘਰ ਨੂੰ ਦਾ ਰਾਹ ਖੋਲਣ ਵਾਸਤੇ, ਲਾਂਘਾ ਖੋਲਣ ਵਾਸਤੇ ਸਭ ਤੋਂ ਪਹਿਲੀ ਜਿਹੜੀ ਸ਼ੁਰੂਆਤ ਕੀਤੀ ਸੀ ਜਥੇਬੰਦਕ ਤੌਰ 'ਤੇ ਉਹ ਸਰਦਾਰ ਕੁਲਦੀਪ ਸਿੰਘ ਬਡਾਲਾ ਨੇ ਕੀਤੀ ਸੀ। ਸਰਦਾਰ ਕੁਲਦੀਪ ਸਿੰਘ ਬਡਾਲਾ ਹਰ ਮਹੀਨੇ ਬਾਰਡਰ 'ਤੇ ਜਾਂਦੇ ਡੇਰਾ ਬਾਬਾ ਨਾਨਕ, ਔਰ ਉੱਥੇ ਖੜ ਕੇ ਅਰਦਾਸ ਕਰਦੇ ਹੁੰਦੇ ਸੀ ਕਿ ਜੀ ਮਤਲਬ ਜਿਹੜਾ ਹੈ ਉਹ ਲਗਾਤਾਰ ਅਰਦਾਸ ਕਰਦੇ ਨੇ ਜਿੰਨੀ ਦੇਰ ਤੱਕ ਉਹ ਜਿਉਂਦੇ ਰਹੇ। ਬਾਅਦ ਦੇ ਵਿੱਚ ਉਹਨਾਂ ਦੇ ਜਿਹੜੇ ਫੋਲੋਅਰ ਸੀ ਉਹਨਾਂ ਨੇ ਵੀ ਇਹ ਮਾਮਲਾ ਜਿਹੜਾ ਹੈਗਾ ਜਾਰੀ ਰੱਖਿਆ, ਤੇ ਜਦੋਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਿਆ ਉਦੋਂ ਚੇਚੇ ਤੌਰ 'ਤੇ ਜਥੇਦਾਰ ਕੁਲਦੀਪ ਸਿੰਘ ਬਡਾਲਾ ਦਾ ਜ਼ਿਕਰ ਹੋਇਆ ਸੀ ਜੀ। ਠੀਕ ਹੈ। ਕੁਲਦੀਪ ਸਿੰਘ ਬਡਾਲਾ ਬਹੁਤ ਸਿਆਣੇ ਸੀ, ਧਨੀ ਕਿਸਾਨ ਵੀ ਸੀ, ਵਿਦੇਸ਼ਾਂ ਦੇ ਵਿੱਚ ਵੀ ਉਹਨਾਂ ਦੇ ਲਿੰਕ ਸੀ, ਤਾਂ ਉਸ ਵੇਲੇ ਜਾਪਿਆ ਇਹ ਕਿ ਕੁਲਦੀਪ ਸਿੰਘ ਬਡਾਲਾ ਜਿਹੜਾ ਹੈਗਾ ਇਹ ਪ੍ਰਕਾਸ਼ ਸਿੰਘ ਬਾਦਲ ਦੇ ਰਾਹ ਦੇ ਵਿੱਚ ਕਦੇ ਅੜਿੱਕਾ ਬਣ ਸਕਦਾ ਹੈ। ਸੋ ਇੱਕ ਤਰੀਕੇ ਦੇ ਨਾਲ ਕੁਲਦੀਪ ਸਿੰਘ ਬਡਾਲਾ ਦੀ ਹਾਲਤ ਇਹ ਕਰਤੀ ਕਿ ਅਕਾਲੀ ਦਲ ਟਿਕਟ ਉਹਨਾਂ ਨੂੰ ਦੇ ਦਿੰਦਾ ਸੀ ਲੇਕਿਨ ਉਹ ਜਿੱਤ ਨਹੀਂ ਸਕਦੀ ਸੀ। ਅੱਛਾ। ਪ੍ਰਬੰਧ ਇਹ ਕਰ ਦਿੱਤਾ ਜਾਂਦਾ ਕਿ ਉਹ ਨਾਲ ਹਾਰ ਵੀ ਜਾਣ। ਫਿਰ ਕੁਲਦੀਪ ਸਿੰਘ ਬਡਾਲਾ ਨੂੰ ਥੋੜ੍ਹਾ ਜਿਹਾ ਅਕਾਲੀ ਪੋਲੀਟਿਕਸ ਤੋਂ ਲਾਂਭੇ ਕੀਤਾ ਗਿਆ, ਜਿਹੜਾ ਮੇਨ ਸਟ੍ਰੀਮ ਅਕਾਲੀ ਪੋਲੀਟਿਕਸ ਸੀ ਉਹ ਤੋਂ ਲਾਂਭੇ ਚਲੇ ਗਏ। ਫਿਰ ਉਹਨਾਂ ਨੂੰ ਵਾਪਸ ਲਿਆਂਦਾ ਗਿਆ ਅਤੇ ਵਾਪਸ ਲਿਆ ਕੇ ਫਿਰ ਉਹਨੂੰ ਕਿਹਾ ਕਿ ਤੁਸੀਂ ਰਹਿਣ ਦਿਓ ਸਰਦਾਰ ਸਾਹਿਬ, ਤੁਹਾਡੇ ਬੇਟੇ ਨੂੰ ਟਿਕਟ ਦਿੰਦੇ ਹਾਂ, ਅਤੇ ਗੁਰਪ੍ਰਤਾਪ ਸਿੰਘ ਬਡਾਲਾ ਜਿਹੜਾ ਉਹਨਾਂ ਦਾ ਬੇਟਾ ਅੱਜ ਵੀ MLA ਉਹਨੂੰ ਟਿਕਟ ਦੇ ਦਿੱਤੀ। ਮਤਲਬ ਕਿ ਆਪਣੇ ਬਰਾਬਰ ਵਾਲੇ ਨੂੰ ਪਾਸੇ, ਬਰਾਬਰ ਵਾਲੇ ਨੂੰ ਉੱਥੇ, ਮਤਲਬ ਆਪਾਂ ਇਹ ਕਹਿ ਸਕਦੇ ਕਿ ਇਹ ਦੋ ਪਰਿਵਾਰ ਇਸ ਕਰਕੇ ਥੋੜੇ ਜਿਹੇ ਖੁਸ਼ ਹੈ ਕਿ ਦੋਨਾਂ ਪਰਿਵਾਰਾਂ ਦੇ ਜਿਹੜੇ ਹੈਗੇ ਆ ਮੈਂਬਰ ਉਹਨਾਂ ਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਐਡਜਸਟ ਕੀਤਾ ਗਿਆ ਅਕਾਲੀ ਪੋਲੀਟਿਕਸ ਵਿੱਚ, ਚਾਹੇ ਜਥੇਦਾਰ ਮੋਹਨ ਸਿੰਘ ਤੁੜ ਦਾ ਪਰਿਵਾਰ ਹੋਵੇ ਤੇ ਚਾਹੇ ਜਥੇਦਾਰ ਕੁਲਦੀਪ ਸਿੰਘ ਬਡਾਲਾ ਦਾ ਹੋਵੇ। ਠੀਕ ਹੈ। ਰਹੀ ਗੱਲ ਹੁਣ ਦੋ ਇਹਨਾਂ ਪਰਿਵਾਰਾਂ ਦੀ, ਮਲਵਈਆਂ ਦੀ, ਜਿਹੜੇ ਮਾਲਵੇ ਨੂੰ ਬਿਲੋਂਗ ਕਰਦੇ ਸੀ ਕਿਉਂਕਿ ਜਥੇਦਾਰ ਗੁਰਚਰਨ ਸਿੰਘ ਟੌੜਾ ਉਹ ਜ਼ਮੀਨ ਦੇ ਨਾਲ ਜੁੜੇ ਹੋਏ ਸੀ। ਠੀਕ ਹੈ। ਜਥੇਦਾਰ ਗੁਰਚਰਨ ਸਿੰਘ ਟੌੜਾ ਜ਼ਮੀਨ ਨਾਲ ਇਸ ਕਦਰ ਜੁੜੇ ਹੋਏ ਸੀ ਕਿ ਵਰਕਰ ਜਿਹੜੇ ਹੈਗੇ ਆ ਉਹਨਾਂ ਦੇ ਨਾਲ ਇਉਂ ਜਿਵੇਂ ਘਿਓ ਖਿਚੜੀ, ਨਹੀਂ ਘਿਓ ਖਿਚੜੀ ਨਹੀਂ, ਜਿਵੇਂ ਆਪਾਂ ਕਹਾਂਗੇ ਵੀ ਮੱਖੀ ਮਖਿਆਲ ਨੂੰ ਜਾਂਦੀ ਹੈ, ਖਿੱਚ ਸੀ ਉਹਨਾਂ ਦੇ ਵਿੱਚ, ਖਿੱਚ ਸੀ ਉਹਨਾਂ 'ਚ, ਕਾਸ਼ਿਸ਼ ਸੀ, ਤੇ ਇਹ ਕੁਆਲਿਟੀ ਜਿਹੜੀ ਹੈਗੀ ਹੈ ਜਥੇਦਾਰ ਤਾਂ ਨਹੀਂ ਕਹੂੰਗਾ ਮੈਂ, ਕੈਪਟਨ ਕਮਲਜੀਤ ਸਿੰਘ ਦੇ ਵਿੱਚ ਵੀ ਸੀ। ਅੱਛਾ। ਉਹ ਵੀ ਉਸੇ ਤਰੀਕੇ ਨਾਲ ਚੁੰਬਕੀ ਸੀ। ਕੈਪਟਨ ਕਮਲਜੀਤ ਸਿੰਘ ਵਿੱਚ ਮੈਂ ਅੱਜ ਜ਼ਿਕਰ ਕਰਦਾ ਸੀ ਕਿਸੇ ਸੱਜਣ ਨਾਲ ਗੱਲ ਕਰ ਰਿਹਾ ਸੀ ਤੇ ਉਹਨਾਂ ਨੇ ਮੈਨੂੰ ਪੁੱਛਿਆ ਵੀ ਕੀ ਕਰੋਗੇ, ਅੱਛਾ ਅੱਜ ਤੁਹਾਡਾ ਪ੍ਰੋਗਰਾਮ ਕੀ ਹੈ, ਤੇ ਮੈਂ ਉਹਨਾਂ ਨੂੰ ਕਿਹਾ ਕਿ ਅੱਜ ਸਾਡਾ ਪ੍ਰੋਗਰਾਮ ਇਹ ਹੈ ਕਿ ਅਸੀਂ ਦੋ ਪਰਿਵਾਰਾਂ ਦੇ ਉੱਤੇ ਐਪੀਸੋਡ ਕਰ ਰਹੇ ਹਾਂ ਜੀ, ਤਾਂ ਮੈਨੂੰ ਉਹਨਾਂ ਨੇ ਕਿਹਾ ਵੀ ਇਤਫਾਕਨ ਕਹਿੰਦੇ ਵੀ ਇੱਕ ਵਾਰੀ ਸਾਨੂੰ ਲੋੜ ਪੈ ਗਈ। ਅੱਛਾ। ਸੱਜਣਾ ਮੇਰੇ ਗਿਰਦਵਾਹ ਤੋਂ ਕੁਲਵੰਤ ਸਿੰਘ ਉਹਨਾਂ ਦਾ ਨਾਮ ਹੈ। ਅੱਛਾ ਜੀ। ਉਹਨਾਂ ਦਾ ਕੋਈ ਰਿਸ਼ਤੇਦਾਰ ਸੀ, ਉਹਦਾ ਕੰਮ ਸੀ। ਅੱਛਾ। ਸਰਵਿਸ ਖਤਰੇ ਸੀਗੀ ਜੀ ਉਹਦੀ। ਠੀਕ ਹੈ। ਉਹਨਾਂ ਨੂੰ ਪਤਾ ਲੱਗਿਆ ਕਿ ਕੁਲਦੀਪ ਆਪਣੇ ਜਿਹੜੇ ਤੁਹਾਡੇ ਜਥੇਦਾਰ ਕੈਪਟਨ ਕਮਲਜੀਤ ਸਿੰਘ, ਹਾਂਜੀ, ਕੈਪਟਨ ਕਮਲਜੀਤ ਸਿੰਘ ਬਠਿੰਡੇ ਦਾ ਇੱਕ ਸਖਸ਼ ਹੈ, ਯੂਥ ਅਕਾਲੀ ਆਗੂ ਭੋਲਾ ਸਿੰਘ ਗਿੱਲਪਤੀ, ਹਾਂਜੀ, ਉਹਨਾਂ ਦੀ ਨੇੜਤਾ ਉਹਨਾਂ ਨਾਲ। ਅੱਛਾ ਜੀ।
ਤੇ ਕੁਲਵੰਤ ਸਿੰਘ ਭੋਲਾ ਸਿੰਘ ਮੈਨੂੰ ਦੱਸਿਆ ਭੋਲਾ ਸਿੰਘ ਗਿਲਪਤੀ ਕੋਲ ਆਉਂਦਾ ਹੈ ਵੀ ਗਿਲਪਤੀ ਸਾਹਿਬ ਮੇਰਾ ਇੱਕ ਕੰਮ ਹੈ ਉਹ ਕਹਿੰਦਾ ਲੈ ਚਲੋ ਤੇ ਉਹ ਲੈ ਕੇ ਚਲੇ ਗਏ ਕੈਪਟਨ ਕਮਲਜੀਤ ਸਿੰਘ ਕੋਲ ਕੈਪਟਨ ਕਮਲਜੀਤ ਸਿੰਘ ਦੇ ਵਿੱਚ ਇਹ ਵੀ ਤੋਪਕੀ ਸੀ ਕਿ ਉਹ ਆਪਣੇ ਕਾਡਰ ਨੂੰ ਐ ਵਰਕਰਾਂ ਨੂੰ ਐ ਨਹੀਂ ਬਹਾਉਂਦਾ ਸੀ ਜਿਵੇਂ ਬਾਹਰ ਦੂਜੇ ਬਹਾਦ ਦੇ ਕੇ ਤੁਸੀਂ ਇੱਥੇ ਬਹਿ ਜਾਓ ਜਿਹੜੇ ਉਹਨਾਂ ਦੇ ਨੇੜਲੇ ਲੋਕ ਸੀ ਜਿਹੜੇ ਉਹਨਾਂ ਨੂੰ ਮਿਲਣ ਵਾਲੇ ਸੀ ਜਿਹਨਾਂ ਨੂੰ ਸਹੀ ਸਮਝਦੇ ਸੀ ਕਿ ਮੇਰੇ ਫਾਲੋਅਰ ਹੈ ਉਹ ਉਹਨਾਂ ਦੇ ਬੈਡਰੂਮ ਤੱਕ ਚਲੇ ਜਾਂਦੇ ਸੀ ਬਰਾਬਰਤਾ ਦੀ ਭਾਵਨਾ ਸੀ ਬਰਾਬਰਤਾ ਦੀ ਭਾਇਆ ਦੱਸੋ ਜੀ ਕੀ ਆਇਆ ਤੇ ਭੋਲਾ ਸਿੰਘ ਨੇ ਜਾ ਕੇ ਗੱਲ ਕਹੀ ਜੀ ਇਹ ਮੇਰੇ ਮਿੱਤਰ ਹੈ ਬੜੇ ਔਖੇ ਸੌਖੇ ਵੇਲਿਆਂ ਦੇ ਅਸੀਂ ਸਾਥੀ ਹਾਂ ਇਹਨਾਂ ਦਾ ਆਹ ਕੰਮ ਹੈ ਤੇ ਆਹ ਕਾਰਵਾਈ ਹੈ ਟੈਲੀਫੋਨ ਮਿਲਾ ਵੀ ਪੁੱਡਾ ਦੇ ਪ੍ਰਸ਼ਾਸਕ ਕੋਲੇ ਕੰਮ ਸੀ ਤਾਂ ਮੈਨੂੰ ਜਿਹੜੀ ਗੱਲ ਮੈਨੂੰ ਬੜੀ ਉਸ ਗੱਲ ਨੇ ਜਿਹੜਾ ਹੈਗਾ ਪ੍ਰਭਾਵਿਤ ਕੀਤਾ ਕਿ ਲੀਡਰ ਇਹੋ ਕੰਮ ਵੀ ਕਰ ਦਿੰਦੇ ਆਮ ਤੌਰ ਤੇ ਲੀਡਰਾਂ ਕੋਲ ਜਾ ਵੜਦੇ ਕਹਿੰਦੇ ਲਿਖਾ ਜੋ ਹਾਂਜੀ ਚਿੱਠੀ ਦੇ ਜੋ ਅਰਜ਼ੀ ਦੇ ਜੋ ਤੁਹਾਨੂੰ ਭੇਜ ਦਿਆਂਗੇ ਜੀ ਟੈਲੀਫੋਨ ਕਰ ਦਿਆਂਗੇ ਕਿਸੇ ਦੇ ਸਾਹਮਣੇ ਗੱਲ ਨਹੀਂ ਕਰਦੇ ਅੱਛਾ ਜੀ ਉਹ ਕਹਿੰਦੇ ਕੈਪਟਨ ਕਮਲਜੀਤ ਸਿੰਘ ਨੇ ਕਿਹਾ ਵੀ ਪੀਏ ਨੂੰ ਆਪਣੇ ਨੂੰ ਫੋਨ ਮਿਲਾ ਵੀ ਪ੍ਰਸ਼ਾਸਕ ਨੂੰ ਅੱਛਾ ਜੀ ਅੱਗੋਂ ਪ੍ਰਸ਼ਾਸਕ ਨੇ ਹੈਲੋ ਕੀਤੀ ਕਹਿੰਦਾ ਹਾਂ ਗੱਲ ਸੁਣ ਬਈ ਹਾਂਜੀ ਨੋਟ ਕਰ ਹਾਂਜੀ ਆ ਬੰਦੇ ਦਾ ਨਾਂ ਨੋਟ ਕਰ ਕੱਲ ਤੇਰੇ ਕੋਲੇ ਇਹਦੀ ਸੁਣਵਾਈ ਹੈ ਇਹ ਬੰਦੇ ਦਾ ਕੰਮ ਹੋਣਾ ਚਾਹੀਦਾ ਇਹ ਜਿਹੜਾ ਹੈਗਾ ਜਾਇਜ਼ ਕੰਮ ਹੈ ਜਾਇਜ਼ ਨਾ ਬਸ ਇਹ ਹੋਣਾ ਚਾਹੀਦਾ ਕੰਮ ਅੱਛਾ ਉਹਦਾ ਠੀਕ ਹੈ ਜੀ ਤੇ ਅਗਲੇ ਦਿਨ ਕੰਮ ਹੋ ਗਿਆ ਅਗਲੇ ਦਿਨ ਕੰਮ ਹੋ ਗਿਆ ਬੰਦੇ ਦੀ ਨੌਕਰੀ ਜਿਹੜੀ ਆ ਉਹ ਖਤਰੇ 'ਚ ਪੈ ਰਹੀ ਸੀ ਅੱਛਾ ਨੌਕਰੀ ਦੀ ਖਤਰੇ 'ਚ ਸੀ ਲਗਭਗ ਤੇ ਉਹ ਨੌਕਰੀ ਆ ਜਿਹੜੀ ਮੁੜ ਬਹਾਲ ਕੀਤੀ ਆਪਾਂ ਕਹਿ ਸਕਦੇ ਕਿ ਦੁਬਾਰਾ ਨੌਕਰੀ ਦੇਣ ਵਾਲੀ ਇਸ ਕਮਾਚ ਦੇ ਬੰਦੇ ਸੀ ਇਹੀ ਹਾਲਤ ਜਥੇਦਾਰ ਗੁਰਚਰਨ ਸਿੰਘ ਟੌੜਾ ਦੀ ਸੀ ਤੇ ਕਾਰਨ ਇਹੀ ਸੀ ਕਿ ਜਿਹੜਾ ਵਰਕਰ ਹੈ ਕਾਡਰ ਹੈ ਅਕਾਲੀ ਕਾਡਰ ਉਹਨਾਂ ਦੇ ਆਲੇ ਦੁਆਲੇ ਜੁੜਦਾ ਸੀ ਜੋ ਆਵੇ ਸੋ ਰਾਜੀ ਚਾਹੇ ਹਾਂ ਜੋ ਉਹਨਾਂ ਦੇ ਦੁਆਲੇ ਜੁੜਦਾ ਸੀ ਜਥੇਦਾਰ ਗੁਰਚਰਨ ਸਿੰਘ ਟੌੜਾ ਦੀ ਜੇ ਆਪਾਂ ਗੱਲ ਕਰੀਏ ਤਾਂ ਜਥੇਦਾਰ ਗੁਰਚਰਨ ਸਿੰਘ ਟੌੜਾ ਪਹਿਲੀ ਵਾਰ 1972 ਦੇ ਵਿੱਚ ਜਦੋਂ ਸੰਤ ਚੰਨਨ ਸਿੰਘ ਦੀ ਮੌਤ ਹੋ ਜਾਂਦੀ ਹੈ ਪੰਜਾਬ ਦੀ ਅਕਾਲੀ ਰਾਜਨੀਤੀ ਦੇ ਵਿੱਚ ਦੋ ਸੰਤ ਆਏ ਹੈ ਇੱਕ ਸੰਤ ਫਤਿਹ ਸਿੰਘ ਜਿਹੜੇ ਅਕਾਲੀ ਦਲ ਦੇ ਪ੍ਰਧਾਨ ਹੁੰਦੇ ਸੀ ਬਿਲਕੁਲ ਪਹਿਲੀਆਂ ਇੱਕ ਸੰਤ ਚੰਨਨ ਸਿੰਘ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੁੰਦੇ ਸੀ ਦੋਨਾਂ ਸੰਤਾਂ ਦੀ ਜੋੜੀ ਸੀ ਠੀਕ ਹੈ ਸੰਤ ਚੰਨਨ ਸਿੰਘ ਦੀ ਮੌਤ ਹੋ ਜਾਂਦੀ ਹੈ ਤੇ ਜਥੇਦਾਰ ਗੁਰਚਰਨ ਸਿੰਘ ਟੌੜਾ ਪਹਿਲੀ ਵਾਰੀ ਐਕਟਿੰਗ ਪ੍ਰਧਾਨ ਬਣਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਛਾ 1972 ਤੇ 72 ਦੇ ਵਿੱਚ ਹੀ ਉਹ ਰੈਗੂਲਰ ਪ੍ਰਧਾਨ ਚੁਣੇ ਜਾਂਦੇ ਅੱਛਾ 72 ਤੋਂ ਲੈ ਕੇ 99 ਤੱਕ ਪੂਰੇ 27 ਵਰੇ ਕਿਸੇ ਨੇ ਚੁਣੌਤੀ ਨਹੀਂ ਦਿੱਤੀ ਉਹਨਾਂ ਦੀ ਲੀਡਰਸ਼ਿਪ ਨੂੰ 27 ਵਰੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ 1/4 ਠੀਕ ਹੈ ਮਤਲਬ ਇੱਕ ਸਦੀ ਦਾ ਚੌਥਾ ਹਿੱਸਾ ਪ੍ਰਧਾਨ ਰਹਿਣਾ ਕੋਈ ਛੋਟੀ ਗੱਲ ਨਹੀਂ ਔਰ ਇਸ ਅਰਸੇ ਦੇ ਦੌਰਾਨ ਜਥੇਦਾਰ ਗੁਰਚਰਨ ਸਿੰਘ ਟੌੜਾ ਤੇ ਕਦੇ ਵੀ ਇਹ ਇਲਜ਼ਾਮ ਨਹੀਂ ਲੱਗਿਆ ਕਿ ਉਹਨੇ ਕਰਪਸ਼ਨ ਕੀਤੀ ਕਰਪਸ਼ਨ ਦਾ ਸਮਝ ਕੇ ਕਦੇ ਵੀ ਇਹ ਇਲਜ਼ਾਮ ਨਹੀਂ ਲੱਗਾ ਕਿ ਜਥੇਦਾਰ ਗੁਰਚਰਨ ਸਿੰਘ ਟੌੜਾ ਨੇ ਆਪਣੀ ਗੱਡੀ ਦੇ ਵਿੱਚ ਤੇਲ ਹੈ ਜਿਹੜਾ ਉਹ ਗੁਰੂ ਕੀ ਗੋਲਕ ਦੇ ਵਿੱਚੋਂ ਪਾਇਆ ਸਗੋਂ ਤੇਲ ਵੀ ਉਹ ਬਾਹਰੋਂ ਪਾਉਂਦਾ ਸੀ ਤੇ ਗੱਡੀ ਵੀ ਉਹਨੇ ਜਿਹੜੀ ਹੈ ਗੁਰੂ ਕੀ ਗੋਲਕ ਦੀ ਨਹੀਂ ਵਰਤੀ ਸੀ ਸ਼੍ਰੋਮਣੀ ਕਮੇਟੀ ਦੀ ਉਹ ਵੀ ਕਿਸੇ ਸੱਜਣ ਨੇ ਲੈ ਕੇ ਦਿੱਤੀ ਸੀ ਉਹ ਉਹੀ ਵਰਤਦੇ ਹੁੰਦੇ ਸੀ ਧੰਨ ਸੀ ਉਹ ਸ਼ਖਸੀਅਤ ਹਨਾ ਸੋ ਇਹੀ ਹਾਲਤ ਜਿਹੜੀ ਸੀ ਇਹਨਾਂ ਦੀ ਕੈਪਟਨ ਸਾਹਿਬ ਦੀ ਸੀ ਲੇਕਿਨ ਜੇ ਜਥੇਦਾਰ ਗੁਰਚਰਨ ਸਿੰਘ ਟੌੜਾ ਦੀ ਸਥਿਤੀ ਦੇਖੀਏ ਤਾਂ ਜਥੇਦਾਰ ਗੁਰਚਰਨ ਸਿੰਘ ਟੌੜਾ ਦੇ ਜੀਵਨ ਦੇ ਵਿੱਚ 1998 ਦਾ ਵਾਰਾ ਆਉਂਦਾ ਜਿੱਥੋਂ ਉਹਨਾਂ ਦੀ ਥੋੜ੍ਹੀ ਜਿਹੀ ਜਿਹੜੀ ਗੱਲ ਚੱਲਦੀ ਵੈਸੇ ਜੇ ਆਪਾਂ ਦੇਖੀਏ ਉਹਨਾਂ ਦਾ ਸਵਾਹ ਸੀ ਕਿ ਜਿਹੜੇ ਪਾਰਲੀਮੈਂਟਰੀ ਫਰੰਟ ਤੇ ਕੰਮ ਕਰਨ ਵਾਲੇ ਬੰਦੇ ਸੀ ਚਾਹੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਚਾਹੇ ਸੁਰਜੀਤ ਸਿੰਘ ਬਰਨਾਲਾ ਦੋਨੋਂ ਮੁੱਖ ਮੰਤਰੀ ਰਹੇ ਜਦੋਂ ਇਹ ਥੋੜ੍ਹਾ ਜਿਹਾ ਆਪਣੀ ਅਕਾਲੀ ਪੋਲੀਟਿਕਸ ਦੀ ਜਿਹੜੀ ਹੈਗੀ ਹੈ ਮੇਨ ਜਿਹੜੀ ਲਾਈਨ ਹੈ ਉਸ ਲਾਈਨ ਤੋਂ ਸੱਜੇ ਖੱਬੇ ਹੁੰਦੇ ਸੀ ਉਦੋਂ ਜਥੇਦਾਰ ਟੌੜਾ ਸਾਹਿਬ ਜਿਹੜੇ ਵਿੱਚ ਆ ਕੇ ਇਹਨਾਂ ਨੂੰ ਡਾਂਟਦੇ ਹੁੰਦੇ ਸੀ ਕਿ ਆਹ ਗੱਲ ਨਹੀਂ ਆ ਗਏ ਉਹਦਾ ਹੁਣ ਪ੍ਰਤਾਪ ਕਿੰਨਾ ਸੀ ਜਥੇਦਾਰ ਗੁਰਚਰਨ ਸਿੰਘ ਟੌੜਾ ਦਾ ਇਹ ਮੰਨਿਆ ਜਾਂਦਾ ਸੀ ਕਿ ਜਦੋਂ ਦਿੱਲੀ ਨਾਲ ਗੱਲ ਹੁੰਦੀ ਸੀ ਦਿੱਲੀ ਦੀ ਸਰਕਾਰ ਨਾਲ ਚਾਹੇ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਹੁੰਦੀ ਸੀ ਜਾਂ ਰਾਜੀਵ ਗਾਂਧੀ ਜੀ ਚੰਦਰ ਸ਼ੇਖਰ ਜਾਂ ਜੋ ਵੀ ਸੀ ਉਸ ਵੇਲੇ ਦੇ ਕਿਸੇ ਵੀ ਪਾਰਟੀ ਦੀ ਸਰਕਾਰ ਹੁੰਦੀ ਪ੍ਰਕਾਸ਼ ਸਿੰਘ ਬਾਦਲ ਨੇ ਜਦੋਂ ਗੱਲਬਾਤ ਕਰਨ ਵਾਸਤੇ ਜਾਣਾ ਤਾਂ ਤਿੰਨ ਬੰਦੇ ਜਾਂਦੇ ਹਨ ਪ੍ਰਕਾਸ਼ ਸਿੰਘ ਬਾਦਲ ਜਥੇਦਾਰ ਗੁਰਚਰਨ ਸਿੰਘ ਟੌੜਾ ਜਥੇਦਾਰ ਜਗਦੇਵ ਸਿੰਘ ਤਲਵੰਡੀ ਜਥੇਦਾਰ ਜਗਦੇਵ ਸਿੰਘ ਤਲਵੰਡੀ ਦਾ ਸੁਭਾਅ ਥੋੜ੍ਹਾ ਜਿਹਾ ਸਖ਼ਤ ਸੀ ਉਹ ਆਪਣੀ ਕਿਰਪਾਨ ਫੜ ਕੇ ਤੇ ਇਸ ਤਰ੍ਹਾਂ ਬੈਠ ਜਾਂਦੇ ਤੇ ਗੱਲਬਾਤ ਜਿਹੜੀ ਹੈ ਜ਼ਿਆਦਾਤਰ ਦਿੱਲੀ ਦੇ ਨਾਲ ਜਥੇਦਾਰ ਟੌੜਾ ਕਰਦੇ ਹੁੰਦੇ ਸੀ ਕਹਿੰਦੇ ਜਦੋਂ ਜਥੇਦਾਰ ਟੌੜਾ ਬੋਲਦੇ ਹੁੰਦੇ ਸੀ ਨਾ ਅੱਗੇ ਕੋਈ ਵੀ ਪ੍ਰਾਈਮ ਮਿਨਿਸਟਰ ਹੁੰਦਾ ਕੋਈ ਵੀ ਵੱਡਾ ਲੀਡਰ ਹੁੰਦਾ ਉਹ ਬੜੇ ਧਿਆਨ ਨਾਲ ਸੁਣਦਾ ਸੀ ਅੱਖ 'ਚ ਅੱਖ ਪਾਉਣ ਦੀ ਜ਼ਰੂਰਤ ਨਹੀਂ ਕਰਦਾ ਸੀ ਕੋਈ ਵੀ ਟੌੜਾ ਸਾਹਿਬ ਹੈ ਮਤਲਬ ਉਹ ਬੰਦੇ ਦੀ ਸ਼ਖਸੀਅਤ ਇਹ ਸੀ ਲੇਕਿਨ 1998 ਦੇ ਵਿੱਚ ਇੱਕ ਦੌਰ ਆਇਆ ਜਦੋਂ 1997 ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੀਜੀ ਵਾਰੀ ਮੁੱਖ ਮੰਤਰੀ ਬਣਦੇ ਆ ਪੰਜਾਬ ਦੇ ਜੀ ਜੀ ਉਦੋਂ ਤੱਕ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਉਮਰ ਵੀ ਕਾਫੀ ਹੋ ਗਈ ਸੀ ਔਰ ਉਹਨਾਂ ਨੇ ਆਪਣੇ ਲੜਕੇ ਸੁਖਵੀਰ ਸਿੰਘ ਬਾਦਲ ਨੂੰ ਵੀ ਰਾਜਨੀਤੀ ਦੇ ਵਿੱਚ ਪਾ ਲਿਆ ਸੀ ਠੀਕ ਹੈ ਉਦੋਂ ਕਿਉਂਕਿ 96 ਦੇ ਵਿੱਚ ਪਹਿਲੀ ਵਾਰੀ ਸਰਦਾਰ ਸੁਖਵੀਰ ਸਿੰਘ ਬਾਦਲ ਲੋਕ ਸਭਾ ਦੇ ਮੈਂਬਰ ਬਣ ਗਏ ਹਾਂਜੀ ਹਾਂਜੀ ਜਥੇਦਾਰ ਗੁਰਚਰਨ ਸਿੰਘ ਟੌੜਾ ਨੇ ਇੱਕ ਸਟੇਟਮੈਂਟ ਦਿੱਤੀ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਉੱਪਰ ਬੋਝ ਬਹੁਤ ਜ਼ਿਆਦਾ ਹੈ ਸਰਕਾਰ ਚਲਾਉਣੀ ਕੋਈ ਸੌਖੀ ਗੱਲ ਨਹੀਂ ਬਹੁਤ ਵੱਡੀ ਜ਼ਿੰਮੇਵਾਰੀ ਹੈ ਅੱਛਾ ਜੀ ਇਸ ਲਈ ਬਾਦਲ ਸਾਹਿਬ ਨੂੰ ਚਾਹੀਦਾ ਹੈ ਕਿ ਕੋਈ ਐਕਟਿੰਗ ਪ੍ਰੈਜ਼ੀਡੈਂਟ ਬਣਾ ਦੇਵੇ ਸ਼੍ਰੋਮਣੀ ਅਕਾਲੀ ਦਲ ਦਾ
ਪ੍ਰਧਾਨ ਭਾਵੇਂ ਉਹ ਆਪ ਰਵੇ ਤੇ ਕਿਸੇ ਨੂੰ ਵੀ ਬਣਾ ਦੇਵੇ ਤੇ ਉਹਨਾਂ ਨੇ ਨਾਮ ਹੀ ਲੈ ਦਿੱਤਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਸਭ ਤੋਂ ਵਫ਼ਾਦਾਰ ਵਿਅਕਤੀ ਹੈ ਜਿਹੜਾ ਉਹਦਾ ਨਾਂ ਹੈ ਗੁਰਦੇਵ ਸਿੰਘ ਬਾਦਲ ਦਲਿਤ ਭਾਈਚਾਰੇ ਚੋਂ ਆਉਂਦਾ ਹੈ ਔਰ ਉਹਨੂੰ ਬਣਾ ਦਿਓ ਉਹਨਾਂ ਦਾ ਬੰਦਾ ਹੈ ਉਹ ਆਪੇ ਬੈਠਾ ਰਹੂਗਾ ਤੇ ਦੋ ਹਿੱਸਿਆਂ ਦੇ ਵਿੱਚ ਕੰਮ ਵੰਡਿਆ ਜਾਊ ਆਰਗੇਨਾਈਜੇਸ਼ਨ ਨੂੰ ਇੱਕ ਬੰਦਾ ਸੰਭਾਲ ਲੈ ਤੇ ਸਰਕਾਰ ਨੂੰ ਦੂਜਾ ਬੰਦਾ ਸੰਭਾਲ ਲੈ ਠੀਕ ਹੈ ਪ੍ਰਕਾਸ਼ ਸਿੰਘ ਬਾਦਲ ਨੇ ਨੋਟ ਕੀਤੀ ਇਹ ਜਥੇਦਾਰ ਗੁਰਚਰਨ ਸਿੰਘ ਟੌੜਾ ਜਾ ਕਿਹੜੇ ਪਾਸੇ ਨੂੰ ਗਏ ਉਹਨਾਂ ਨੇ ਗੋਲਬੰਦੀ ਸ਼ੁਰੂ ਕਰ ਦਿੱਤੀ ਕਿ ਜਥੇਦਾਰ ਗੁਰਚਰਨ ਸਿੰਘ ਟੌੜਾ ਨੂੰ ਲਾਂਭੇ ਕਰੋ ਜਦੋਂ ਉਹਨਾਂ ਨੂੰ ਲਾਂਭੇ ਕਰਨ ਦੀ ਯੋਜਨਾ ਤੇ ਅਮਲ ਹੋਣਾ ਸ਼ੁਰੂ ਹੋਇਆ ਉਹਨਾਂ ਦਿਨਾਂ ਦੇ ਵਿੱਚ ਜਿਹੜੇ ਅਕਾਲ ਤਖ਼ਤ ਸਾਹਿਬ ਦੇ ਐਕਟ ਜਿਹੜੇ ਹੁੰਦੇ ਆ ਜਥੇਦਾਰ ਹੁੰਦੇ ਸੀ ਉਹ ਹੁੰਦੇ ਸੀ ਭਾਈ ਰਣਜੀਤ ਸਿੰਘ ਜੀ ਇਹ 1998 ਦੀ ਗੱਲ ਹੈ ਤੇ 1999 ਦੇ ਵਿੱਚ ਖਾਲਸੇ ਦੀ ਤ੍ਰੈ ਸ਼ਤਾਬਦੀ ਆਉਂਦੀ ਖਾਲਸਾ ਸਾਜਨਾ ਦਾ 300 ਵਰੇਗੰਢ ਆਉਂਦੀ ਹੈ ਕਿਉਂਕਿ 1699 ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਸਾਜਿਆ ਸੀ ਤੇ ਇਹ 300 ਸਾਲਾ ਆ ਗਿਆ ਸੀ ਭਾਈ ਰਣਜੀਤ ਸਿੰਘ ਨੇ ਇੱਕ ਹੁਕਮਨਾਮਾ ਜਾਰੀ ਕਰਤਾ ਅੱਛਾ ਜੀ ਕਿ ਜਿੰਨੀ ਦੇਰ ਤੱਕ ਇਹ ਤ੍ਰੈ ਸ਼ਤਾਬਦੀ ਦੇ ਸਮਾਗਮ ਮੁਕੰਮਲ ਨਹੀਂ ਹੁੰਦੇ ਓਨੀ ਦੇਰ ਤੱਕ ਅਕਾਲੀ ਦਲ ਦੇ ਵਿੱਚ ਸਥਿਤੀ ਹੈ ਜਿਹੜੀ ਜਿਉਂ ਦੀ ਤਿਉਂ ਰੱਖੀ ਜਾਵੇ ਠੀਕ ਹੈ ਕਿਸੇ ਕਿਸਮ ਦੀ ਕੋਈ ਤਬਦੀਲੀ ਨਾ ਜਾਵੇ ਪੰਥ ਜਿਹੜਾ ਰਲ ਮਿਲ ਕੇ ਇਹ ਜਿਹੜੀ ਹੈ ਐਡਾ ਵੱਡਾ ਉਤਸਵ ਆ ਰਿਹਾ ਇਹਨੂੰ ਮਨਾਇਆ ਜਾਵੇ ਠੀਕ ਹੈ ਲੇਕਿਨ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਮਨਜ਼ੂਰ ਨਹੀਂ ਸੀ ਉਸ ਵੇਲੇ ਦਿੱਲੀ ਦੇ ਵਿੱਚ ਸਰਕਾਰ ਹੈ ਜਿਹੜੀ ਉਹ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਮੁਆਫਕ ਸੀ ਅੱਛਾ ਪ੍ਰਧਾਨ ਮੰਤਰੀ ਸੀ ਅਟਲ ਬਿਹਾਰੀ ਵਾਜਪਾਈ ਸਾਹਿਬ ਉਹ ਇਹਨਾਂ ਦੇ ਬੜੇ ਕਰੀਬੀ ਸੀ ਜੀ ਦਿੱਲੀ ਦੀ ਸਰਪ੍ਰਸਤੀ ਤੇ ਬਾਦਲ ਸਾਹਿਬ ਨੂੰ ਵੀ ਬਿੱਲੀ ਭਾਗੀ ਸ਼ਿੱਕਾ ਟੁੱਟਾ ਵੀ ਇਹ ਤੋਂ ਵਧੀਆ ਮੌਕਾ ਕੋਈ ਨਹੀਂ ਹੁਣ ਆਪਾਂ ਮਤਲਬ ਜਿਹੜਾ ਹੈਗਾ ਜਥੇਦਾਰ ਗੁਰਚਰਨ ਸਿੰਘ ਟੌੜਾ ਦਾ ਹਿਸਾਬ ਕਿਤਾਬ ਬਰਾਬਰ ਕਰ ਦਈਏ 27 ਵਰੇ ਜਿਹੜਾ ਬੰਦਾ ਲਗਾਤਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਰਿਹਾ ਹੋਵੇ ਅਖੀਰ 16 ਮਾਰਚ 1999 ਨੂੰ ਉਹਨੂੰ ਤੇ ਭਾਈ ਰਣਜੀਤ ਸਿੰਘ ਨੂੰ ਦੋਨਾਂ ਨੂੰ ਅਹੁਦੇ ਤੋਂ ਵੱਖ ਕਰਦਾ ਖਾਲਸੇ ਦੀ ਤ੍ਰੈ ਸ਼ਤਾਬਦੀ ਜਦੋਂ ਆ ਰਹੀ ਹੈ ਉਹਨਾਂ ਦਿਨਾਂ ਦੇ ਵਿੱਚ ਉਹਨਾਂ ਦੋਨਾਂ ਨੂੰ ਜਥੇਦਾਰ ਗੁਰਚਰਨ ਸਿੰਘ ਟੌੜਾ ਅਲੈਦਾ ਹੋ ਗਈ 2002 ਦੀ ਚੋਣ ਤੋਂ ਪਹਿਲਾਂ ਜਥੇਦਾਰ ਗੁਰਚਰਨ ਸਿੰਘ ਟੌੜਾ ਨੇ ਇੱਕ ਆਪਦਾ ਅਕਾਲੀ ਦਲ ਬਣਾ ਲਿਆ ਸੀ ਜਿਹਦਾ ਨਾਂ ਸੀ ਸਰਬ ਹਿੰਦ ਅਕਾਲੀ ਦਲ ਅੱਛਾ ਜੀ ਉਹ ਸਰਬ ਹਿੰਦ ਅਕਾਲੀ ਦਲ ਉਹਨਾਂ ਨੇ ਬਣਾਇਆ ਤੇ ਸਰਬ ਹਿੰਦ ਅਕਾਲੀ ਦਲ ਨੇ 2002 ਦੀਆਂ ਚੋਣਾਂ ਲੜੀਆਂ ਅੱਛਾ ਆਪ ਤਾਂ ਭਾਵੇਂ ਉਹਨਾਂ ਦਾ ਇੱਕ ਵੀ ਐਮਐਲਏ ਨਹੀਂ ਜਿੱਤ ਸਕਿਆ ਲੇਕਿਨ ਉਹਨਾਂ ਨੇ ਇੰਨਾ ਕੁ ਵੋਟ ਸ਼ੇਅਰ ਵੰਡਤਾ ਪ੍ਰਕਾਸ਼ ਸਿੰਘ ਬਾਦਲ ਦਾ ਕਿ ਉਹਦੀ ਵਜ੍ਹਾ ਕਾਰਨ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣ ਗਈ ਫਿਰ ਜਥੇਦਾਰ ਗੁਰਚਰਨ ਸਿੰਘ ਟੌੜਾ ਦੀ ਤਾਕਤ ਦਾ ਅਹਿਸਾਸ ਹੋਇਆ ਪ੍ਰਕਾਸ਼ ਸਿੰਘ ਬਾਦਲ ਨੂੰ ਕਿ ਕਾਸ਼ ਅੱਜ ਜੇ ਟੌੜਾ ਸਾਹਿਬ ਨਾਲ ਹੁੰਦੇ ਤਾਂ ਮੁੱਖ ਮੰਤਰੀ ਫਿਰ ਮੈਂ ਹੁੰਦਾ ਸੀ ਫਿਰ ਪ੍ਰਕਾਸ਼ ਸਿੰਘ ਬਾਦਲ ਨੇ ਗੋਟੀਆਂ ਸਿੱਟਣੀਆਂ ਸ਼ੁਰੂ ਕਰ ਦਿੱਤੀਆਂ ਵਿਚੋਲਿਆਂ ਰਾਹੀਂ ਗੱਲਾਂ ਬਾਤਾਂ ਕੀਤੀਆਂ ਸ਼ਾਇਦ ਤੁਹਾਡਾ ਪ੍ਰੇਮ ਸਿੰਘ ਚੰਦੂ ਮਾਜਰੇ ਦੇ ਮੁੰਡੇ ਦੀ ਮੈਰਿਜ ਸੀ ਜਥੇਦਾਰ ਟੌੜਾ ਸਾਹਿਬ ਵੀ ਉੱਥੇ ਬੈਠੇ ਹੈ ਤੇ ਬਾਦਲ ਸਾਹਿਬ ਵੀ ਜਾਂਦੇ ਤੇ ਦੁਆਰ ਸਲਾਮ ਕਰਕੇ ਜੱਫੀਆਂ ਪੈਂਦੀਆਂ ਵੀ ਨਹੀਂ ਤੁਹਾਡੇ ਬਿਨਾਂ ਸਰਦਾ ਜਥੇਦਾਰ ਸਾਹਿਬ ਆ ਜਾਓ ਤਾਂ ਫਿਰ ਜਥੇਦਾਰ ਗੁਰਚਰਨ ਸਿੰਘ ਟੌੜਾ ਜਿਹੜੇ ਹੈ ਦੁਬਾਰਾ ਫਿਰ ਜਿਹੜੇ ਹੈਗੇ ਹੈ ਉਹਨਾਂ ਨੇ ਇੱਕ ਵੱਡੇ ਹਿੱਤਾਂ ਨੂੰ ਮੁੱਖ ਰੱਖਦੇ ਆ ਅਕਾਲੀ ਦਲ ਦੇ ਵੱਡੇ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਨੁਕਸਾਨ ਹੁੰਦਾ ਹੈ ਤੇ ਉਹਨਾਂ ਨੇ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਯੂਨਿਟੀ ਕਰ ਲਈ ਠੀਕ ਹੈ ਯੂਨਿਟੀ ਕਰ ਲਈ ਪ੍ਰਕਾਸ਼ ਸਿੰਘ ਬਾਦਲ ਨੇ 13 ਜੂਨ ਅੱਛਾ ਜੀ 2003 ਨੂੰ ਉਹਨਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਫਿਰ ਬਣਾ ਦਿੱਤਾ ਲੇਕਿਨ 1 ਅਪ੍ਰੈਲ 2004 ਨੂੰ ਉਹਨਾਂ ਦੀ ਮੌਤ ਹੋ ਗਈ ਹਾਰਟ ਅਟੈਕ ਵਗੈਰਾ ਹੋ ਗਿਆ ਉਹ ਤੋਂ ਬਾਅਦ ਜੇ ਆਪਾਂ ਦੇਖੀਏ ਤਾਂ ਸਰਦਾਰ ਗੁਰਚਰਨ ਸਿੰਘ ਟੌੜਾ ਜਾਂ ਜਥੇਦਾਰ ਗੁਰਚਰਨ ਸਿੰਘ ਟੌੜਾ ਉਹਨਾਂ ਦੇ ਆਪਣੇ ਕੋਈ ਜਿਹੜਾ ਹੈਗਾ ਔਲਾਦ ਨਹੀਂ ਸੀ ਹਾਂਜੀ ਉਹਨਾਂ ਨੇ ਇੱਕ ਰਿਸ਼ਤੇਦਾਰ ਕੁੜੀ ਕੁਲਦੀਪ ਕੌਰ ਨੂੰ ਅਡੋਪਟ ਕੀਤਾ ਹੋਇਆ ਸੀ ਠੀਕ ਹੈ ਕੁਲਦੀਪ ਕੌਰ ਨੂੰ ਅਡੋਪਟ ਕੀਤਾ ਤੇ ਫਿਰ ਕੁਲਦੀਪ ਕੌਰ ਦਾ ਜਿਹੜਾ ਹਸਬੈਂਡ ਸੀ ਅੱਛਾ ਜੀ ਉਹਨੂੰ 2007 ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਟਿਕਟ ਦੇ ਦਿੱਤੀ ਜੀ ਟਿਕਟ ਦੇਣ ਤੋਂ ਬਾਅਦ ਉਹ ਐਮਐਲਏ ਵੀ ਬਣ ਗਿਆ ਅੱਛਾ ਜੀ ਸ਼ਾਇਦ ਉਹਨੂੰ ਵਜ਼ੀਰ ਵੀ ਬਣਾ ਦਿੱਤਾ ਸੀ ਜੀ ਜੀ 2012 ਦੀ ਚੋਣ ਆਉਂਦੀ ਹੈ ਹਾਂਜੀ ਤੇ 2012 ਦੀ ਚੋਣ ਵੇਲੇ ਹੋਇਆ ਕੀ ਕਿ ਬੀਬੀ ਕੁਲਦੀਪ ਕੌਰ ਹਾਂਜੀ ਜਿਹੜੀ ਜਥੇਦਾਰ ਗੁਰਚਰਨ ਸਿੰਘ ਟੌੜਾ ਦੀ ਅਡਾਪਟਡ ਡਾਟਰ ਸੀ ਠੀਕ ਹੈ ਟਿਕਟ ਉਹਨਾਂ ਨੂੰ ਦਿੱਤੀ ਟਿਕਟ ਵੀ ਦਿੱਤੀ ਤੇ ਨਾਲ ਇਹ ਵੀ ਫੈਸਲਾ ਕਰ ਲਿਆ ਕਿ ਜਥੇਦਾਰ ਗੁਰਚਰਨ ਸਿੰਘ ਟੌੜਾ ਨੇ ਬਗਾਵਤ ਕੀਤੀ ਸੀ ਮੇਰੀ ਲੀਡਰਸ਼ਿਪ ਨੂੰ ਚੁਣੌਤੀ ਦਿੱਤੀ ਸੀ ਚੁਣੌਤੀ ਦਿੱਤੀ ਸੀ ਇਸ ਲਈ ਹਿਸਾਬ ਤਾਂ ਬਰਾਬਰ ਕੀਤਾ ਜਾਵੇ ਹੁਣ ਉਹਦੇ ਰਾਜਨੀਤਿਕ ਵਾਰਸ ਉਹਦੇ ਵਾਲੇ ਮੁਕਾਮ ਤੇ ਨਾ ਕਿਤੇ ਪਹੁੰਚ ਜਾਣ ਤਾਂ ਉਸ ਵੇਲੇ ਤੱਕ ਲੀਡਰਸ਼ਿਪ ਜਿਹੜੀ ਹੈਗੀ ਹੈ ਪ੍ਰਕਾਸ਼ ਸਿੰਘ ਬਾਦਲ ਤੋਂ ਸ਼ਿਫਟ ਹੋ ਕੇ 2012 ਵੇਲੇ ਤੱਕ ਸੁਖਵੀਰ ਸਿੰਘ ਬਾਦਲ ਕੋਲ ਆ ਗਈ ਜੀ ਬਿਲਕੁਲ ਬਿਲਕੁਲ ਕਿਉਂਕਿ ਸੁਖਵੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰੈਜ਼ੀਡੈਂਟ ਬਣ ਚੁੱਕੇ ਸੀ ਸੁਖਵੀਰ ਸਿੰਘ ਬਾਦਲ ਨੇ ਟਿਕਟ ਦਿੱਤੀ ਕਿਉਂਕਿ ਉਸ ਹਲਕੇ ਦੇ ਵਿੱਚ ਜੇ ਆਪਾਂ ਦੇਖੀਏ ਜਥੇਦਾਰ ਗੁਰਚਰਨ ਸਿੰਘ ਟੌੜਾ ਸੰਗਰੂਰ ਪਟਿਆਲਾ ਫਤਿਹਗੜ੍ਹ ਸਾਹਿਬ ਖੰਨਾ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਉਹਨਾਂ ਦਾ ਅਸਰ ਸੂਖ ਸੀ ਉਹਨਾਂ ਦੇ ਨਾਂ ਦੇ ਉੱਤੇ ਵੋਟਾਂ ਲੈਣੀਆਂ ਸੀ ਠੀਕ ਹੈ ਟਿਕਟ ਦੇ ਦਿੱਤੀ ਪਰ ਇਹ ਵੀ ਪ੍ਰਬੰਧ ਕਰ ਦਿੱਤਾ ਕਿ ਬੀਬੀ ਕੁਲਦੀਪ ਕੌਰ ਵਿਧਾਨ ਸਭਾ ਦੀਆਂ ਪੌੜੀਆਂ ਨਾ ਟੁੱਪੇ
ਇਸ ਲਈ ਸਤਵੀਰ ਸਿੰਘ ਰਖੜਾ ਨਾਂ ਦਾ ਖਟੜਾ ਸੋਰੀ ਸੁਖਦੀਪ ਸੁਖਵੀਰ ਜਿਹੜਾ ਹੈਗਾ ਸੁਖਵੀਰ ਸਿੰਘ ਖਟੜਾ ਨਾਂ ਦਾ ਇੱਕ ਵਿਅਕਤੀ ਹੈ ਜਿਹੜਾ ਉਹਨੂੰ ਖੜਾ ਕਰਦਾ ਜੀ ਵੀ ਤੁਸੀਂ ਸੁਖਵੀਰ ਸਿੰਘ ਖਟੜਾ ਨਹੀਂ ਮੇਰਾ ਖਿਆਲ ਹੋਇਆ ਪ੍ਰਤਾਪ ਸਿੰਘ ਵਾਲੀ ਹੈ ਇੱਕ ਰਣਵੀਰ ਸਿੰਘ ਖਟੜੇ ਵਾਲੀ ਹੈ ਠੀਕ ਹੈ ਰਣਵੀਰ ਸਿੰਘ ਖਟੜੇ ਦਾ ਬੇਟਾ ਅੱਛਾ ਜੀ ਠੀਕ ਹੈ ਡੀ ਆਈ ਜੀ ਦਾ ਉਹ ਬੇਟਾ ਉਹਨੂੰ ਇੰਡੀਪੈਂਡੈਂਟ ਖੜਾ ਕਰਤਾ ਉਹ ਇੰਨੀ ਕੁ ਵੋਟ ਲੈ ਗਿਆ ਕਿ ਬੀਬੀ ਕੁਲਦੀਪ ਕੌਰ ਹਾਰ ਗਈ ਸਰਕਾਰ ਜਿਹੜੀ ਸੀ ਤੋਂ ਪਤਾ ਲੱਗ ਗਿਆ ਤੇ ਜਥੇਦਾਰ ਗੁਰਚਰਨ ਸਿੰਘ ਟੌੜਾ ਦੇ ਪਰਿਵਾਰ ਨੂੰ ਕਿਵੇਂ ਰੌਲਿਆ ਇਹ ਰੋਲਣ ਤੋਂ ਬਾਅਦ ਫਿਰ ਆਪਾਂ ਦੇਖੀਏ ਕਿ 2004 ਦੇ ਵਿੱਚ ਉਹਨਾਂ ਦੀ ਮੌਤ ਹੋ ਜਾਂਦੀ ਹੈ 12 ਤੋਂ ਲੈ ਕੇ 3-4 ਸਾਲ ਕਿਸੇ ਨੇ ਜਥੇਦਾਰ ਟੌੜਾ ਦੇ ਪਰਿਵਾਰ ਦਾ ਹਾਲ ਨਹੀਂ ਪੁੱਛਿਆ ਠੀਕ ਹੈ 2017 ਦੇ ਵਿੱਚ ਚੋਣ ਆ ਜਾਂਦੀ ਹੈ ਪਾਰਲੀਮੈਂਟ ਦੀ ਤੇ 2017 ਵੇਲੇ ਫਿਰ ਮਤਲਬ ਜਿਹੜਾ ਹੈਗਾ ਜਥੇਦਾਰ ਟੌੜਾ ਸਾਹਿਬ ਦੀ ਜਦੋਂ ਵਰਸੀ ਆਉਂਦੀ ਹੈ ਤੇ ਪ੍ਰਕਾਸ਼ ਸਿੰਘ ਬਾਦਲ ਉੱਥੇ ਪਹੁੰਚਦੀ ਹੈ ਜਾ ਕੇ ਕਹਿੰਦੇ ਕੀ ਹੈ ਕਹਿੰਦੇ ਹੈ ਕਿ ਜਥੇਦਾਰ ਗੁਰਚਰਨ ਸਿੰਘ ਟੌੜਾ ਇੱਕ ਵਿਅਕਤੀ ਨਹੀਂ ਸਗੋਂ ਇੱਕ ਸੰਸਥਾ ਸੀ ਹਾਲਾਤ ਇਹੋ ਜਿਹੇ ਬਣਦੇ ਕਿ ਉਹ ਆਮ ਆਦਮੀ ਪਾਰਟੀ ਦੇ ਵਿੱਚ ਜਿੱਤ ਪ੍ਰਾਪਤ ਨਾ ਕਰ ਸਕੀ ਫਿਰ ਅਗਲੀ ਚੀਜ਼ ਆ ਗਈ ਤੇ ਹੁਣ ਉਸੇ ਪਰਿਵਾਰ ਨੂੰ ਮੁੜ ਘੁੜ ਕੇ ਆ ਕੇ ਸੁਖਵੀਰ ਸਿੰਘ ਬਾਦਲ ਦੀ ਅਧੀਨਗੀ ਪ੍ਰਵਾਨ ਕਰਨ ਲਈ ਪਈ ਔਰ ਉਹ ਦੁਬਾਰਾ ਫਿਰ ਕਿੱਥੇ ਆ ਗਈ ਅਕਾਲੀ ਦਲ ਦੇ ਵਿੱਚ ਆ ਗਈ ਅੱਜ ਕੱਲ ਉਹ ਅਕਾਲੀ ਦਲ ਦੇ ਵਿੱਚ ਖੜੇ ਮਤਲਬ ਬੜਾ ਭੰਬਲ ਭੂਸਾ ਜਿਹਾ ਪਾ ਕੇ ਰੱਖਿਆ ਜਥੇਦਾਰ ਗੁਰਚਰਨ ਸਿੰਘ ਟੌੜਾ ਦੇ ਪਰਿਵਾਰ ਨੂੰ ਕਿਵੇਂ ਰੋਲਿਆ ਇਸ ਐਪੀਸੋਡ ਦਾ ਪਹਿਲਾ ਹਿੱਸਾ ਇਹ ਹੈ ਜੀ ਅਗਲਾ ਹਿੱਸਾ ਆਉਂਦਾ ਕੈਪਟਨ ਕਮਲਜੀਤ ਸਿੰਘ ਵਾਲਾ ਅੱਛਾ ਜੀ ਜੇ ਅਸੀਂ ਕੈਪਟਨ ਕਮਲਜੀਤ ਸਿੰਘ ਦੀ ਗੱਲ ਕਰਦੇ ਹਾਂ ਤੇ ਕੈਪਟਨ ਕਮਲਜੀਤ ਸਿੰਘ ਦੀ ਵਾਈਫ ਹੈ ਸਰਬਜੀਤ ਕੌਰ ਹਾਂਜੀ ਉਹਨਾਂ ਦੇ ਬੇਟੇ ਹੈ ਜਸਜੀਤ ਸਿੰਘ ਬਣੀ ਹਾਂਜੀ ਉਹਨਾਂ ਦੀ ਬੇਟੀ ਹੈ ਡਾਲੀ ਠੀਕ ਹੈ ਮਨਪ੍ਰੀਤ ਕੌਰ ਡੋਲੀ ਜੀ ਜੀ ਤਿੰਨ ਪਰਿਵਾਰਕ ਮੈਂਬਰ ਹੈ ਤਿੰਨ ਪਰਿਵਾਰਕ ਜਿੱਥੋਂ ਜਦੋਂ ਆਪਾਂ ਹੁਣ ਥੋੜ੍ਹੀ ਜਿਹੀ ਉਹਨਾਂ ਦੀ ਡੈਥ ਵੱਲ ਵੀ ਜਾਣਾ ਪਊ ਕਿ ਉਹਨਾਂ ਦੀ ਡੈਥ ਕਿਵੇਂ ਹੁੰਦੀ ਸਾਡੇ ਲਈ ਤਾਂ ਬੜਾ ਗੁੱਜਾ ਹਾਂ ਕੈਪਟਨ ਕਮਲਜੀਤ ਸਿੰਘ ਦੀ ਡੈਥ ਕਿਵੇਂ ਹੁੰਦੀ ਹੈ ਕੈਪਟਨ ਕਮਲਜੀਤ ਸਿੰਘ ਕਿਉਂਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੋਂ ਥੋੜ੍ਹਾ ਜਿਹਾ ਜੂਨੀਅਰ ਜੀ ਸੁਖਵੀਰ ਸਿੰਘ ਬਾਦਲ ਤੋਂ ਸੀਨੀਅਰ ਠੀਕ ਹੈ ਲੋਕਾਂ ਦੇ ਵਿੱਚ ਪਕੜ ਜੀ ਉਹਦਾ ਪਾਰਟੀ ਦੇ ਵਿਚਲਾ ਤਜਰਬਾ 85 ਦੇ ਵਿੱਚ ਉਹ ਬਰਨਾਲਾ ਗਵਰਨਮੈਂਟ ਦੇ ਵਿੱਚ ਗ੍ਰਹਿ ਮੰਤਰੀ ਰਹਿ ਚੁੱਕੇ ਹੈ ਬਿਲਕੁਲ ਔਰ ਉਹ ਤੋਂ ਬਾਅਦ 2007 ਦੇ ਵਿੱਚ ਉਹ ਇਧਰ ਬਣਦੇ ਹੈ ਕੋਆਪਰੇਟਿਵ ਮਿਨਿਸਟਰ ਪੰਜਾਬ ਦੇ ਨਿੱਕੀਆਂ ਨਿੱਕੀਆਂ ਮਿਨਿਸਟਰੀਆਂ ਉਹਨਾਂ ਦੇ ਕੋਲ ਹੋਰ ਵੀ ਸੀ ਕਈ ਹੋਰ ਮਿਨਿਸਟਰੀਆਂ ਦੇ ਇੰਚਾਰਜ ਵੀ ਸੀ ਉਹ ਇੱਥੇ ਬਣ ਜਾਂਦੇ ਹੈ ਠੀਕ ਹੈ ਔਰ ਉਹ ਜਿਸ ਢੰਗ ਦੇ ਨਾਲ ਸੁਖਵੀਰ ਸਿੰਘ ਬਾਦਲ ਦੀ ਤਾਜਪੋਸ਼ੀ ਕੀਤੀ ਗਈ ਹੈ ਸੁਖਵੀਰ ਸਿੰਘ ਬਾਦਲ ਨੂੰ ਜਿਵੇਂ ਅੱਗੇ ਕੀਤਾ ਗਿਆ ਉਹ ਇਸ ਢੰਗ ਤੋਂ ਬਹੁਤ ਦੁਖੀ ਸੀ ਕਈ ਵਾਰੀ ਉਹ ਗੱਲਾਂ ਬਾਤਾਂ ਕਰ ਲੈਂਦੇ ਸੀ ਹਾਂਜੀ ਮੇਰੇ ਯਾਦ ਆ ਸਾਡੇ ਜਿਹੜੀ ਸੈਂਟਰਲ ਕੋਆਪਰੇਟਿਵ ਬੈਂਕ ਬਠਿੰਡਾ ਹੈ ਅੱਛਾ ਇਹਦੀ ਨਵੀਂ ਬਿਲਡਿੰਗ ਦਾ ਉਦਘਾਟਨ ਹੋਇਆ ਸੀ ਜੀ ਨਵੀਂ ਬਿਲਡਿੰਗ ਦੇ ਉਦਘਾਟਨ ਤੋਂ ਬਾਅਦ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਸਾਰੇ ਲੀਡਰ ਚਲੇ ਗਏ ਜੀ ਤੇ ਉਹ ਤੋਂ ਬਾਅਦ ਕੀ ਹੋਇਆ ਕਿ ਪ੍ਰੈਸ ਕਾਨਫਰੰਸ ਕਹਿੰਦੇ ਜੀ ਕਰਨੀ ਹੈ ਉਹ ਇਹ ਕਰ ਲੈਣਗੇ ਕੈਪਟਨ ਕਮਲਜੀਤ ਸਿੰਘ ਕਿਉਂਕਿ ਕੋਆਪਰੇਟਿਵ ਦੇ ਮਿਨਿਸਟਰ ਹੋ ਸੀਗੇ ਠੀਕ ਹੈ ਫੀਲਡ ਹੋਸਟਲ ਦੇ ਵਿੱਚ ਪ੍ਰੈਸ ਕਾਨਫਰੰਸ ਰੱਖ ਲਈ ਉੱਥੇ ਖਾਣੇ ਵਗੈਰਾ ਦਾ ਪ੍ਰਬੰਧ ਸੀ ਹਾਂਜੀ ਪ੍ਰੈਸ ਕਾਨਫਰੰਸ ਤੋਂ ਬਾਅਦ ਜਦੋਂ ਖਾਣਾ ਛਕਣ ਲੱਗ ਗਏ ਤੇ 3-4 ਅਸੀਂ ਪੱਤਰਕਾਰ ਰਹਿ ਗਏ ਸੀ ਠੀਕ ਹੈ ਜਿਨ੍ਹਾਂ ਨੂੰ ਮਾੜਾ ਮੋਟਾ ਉਹ ਜਾਣਦੇ ਵੀ ਸੀ ਜੀ ਜੀ ਅਸੀਂ ਵੀ ਦੁਆ ਸਲਾਮ ਸੀਗੀ ਜੀ ਉਸ ਵੇਲੇ ਫਿਰ ਉਹ ਪੁੱਛਦੇ ਕਿ ਅਕਾਲੀ ਦਲ ਦੀ ਹਾਲਤ ਕੀ ਹੈ ਉਹਨਾਂ ਨੇ ਸਵਾਲ ਤੁਹਾਨੂੰ ਕੀਤਾ ਹਾਂ ਹਾਂ ਵੀ ਲੋਕ ਕੀ ਸਮਝਦੇ ਕੀ ਹੈ ਸਾਡੀ ਕਾਰਗੁਜ਼ਾਰੀ ਕਿਵੇਂ ਸੁਖਵੀਰ ਸਿੰਘ ਬਾਦਲ ਦੀ ਲੀਡਰਸ਼ਿਪ ਨੂੰ ਲੋਕ ਕਿਵੇਂ ਸਮਝਦੇ ਅੱਛਾ ਉਹਨਾਂ ਨੇ ਸਵਾਲ ਖੜਾ ਕੀਤਾ ਉਹਨਾਂ ਨੇ ਸਵਾਲ ਖੜਾ ਕੀਤਾ ਜਦੋਂ ਇਹ ਗੱਲਾਂ ਆ ਗਈਆਂ ਵੀ ਆ ਜੀ ਆ ਚਲੋ ਚਲੋ ਜਿੰਨੀ ਸੀ ਸਾਰਿਆਂ ਨੇ ਆਪਦੀ ਰੱਸੀ ਕੀਤੀ ਉਹ ਤੋਂ ਬਾਅਦ ਉਹ ਚਲੇ ਜਾਂਦੇ ਜੀ ਲੇਕਿਨ ਇੱਕ ਵਾਰੀ ਕੀ ਹੋਇਆ ਕਿ ਉਹ ਲੁਧਿਆਣੇ ਤੋਂ ਜਾ ਰਹੇ ਆ ਵਾਪਸ ਜੀ ਚੰਡੀਗੜ੍ਹ ਠੀਕ ਹੈ 29 ਮਾਰਚ 2009 ਦਾ ਸਮਾਂ ਤੇ 29 ਮਾਰਚ 2009 ਨੂੰ ਜਦੋਂ ਉਹ ਲੁਧਿਆਣੇ ਵਾਲੀ ਸੜਕ ਤੋਂ ਮੇਨ ਸੜਕ ਤੇ ਚੜ੍ਹਦੇ ਚੰਡੀਗੜ੍ਹ ਵਾਲੀ ਤੇ ਉੱਥੋਂ ਇੱਕ ਟਰੱਕ ਆਉਂਦਾ ਹੈ ਇੱਕ ਟਰੱਕ ਦੂਜੇ ਪਾਸੇ ਖੜ੍ਹਾ ਹੈ ਦੋ ਟਰੱਕ ਹੈ ਹਾਂਜੀ ਇੱਕ ਚੱਲਿਆ ਰਹਿੰਦਾ ਹੈ ਖੜ੍ਹਾ ਜਦੋਂ ਜਥੇਦਾਰ ਜਦੋਂ ਇਹਨਾਂ ਦੀ ਕੈਪਟਨ ਕਮਲਜੀਤ ਸਿੰਘ ਦੀ ਗੱਡੀ ਆਉਂਦੀ ਹੈ ਤੇ ਦੂਜਾ ਟਰੱਕ ਵੀ ਸਟਾਰਟ ਹੋ ਜਾਂਦਾ ਤੇ ਦੋਨਾਂ ਟਰੱਕਾਂ ਆਮਣੇ ਸਾਹਮਣੇ ਟੱਕਰ ਹੁੰਦੀ ਹੈ ਤੇ ਉਸ ਟੱਕਰ ਦੇ ਵਿੱਚ ਜਿਹੜੀ ਹੈ ਉਹਨਾਂ ਦੀ ਗੱਡੀ ਵੀ ਆ ਜਾਂਦੀ ਹੈ
हॉस्पिटल पहुंच गए और कैप्टन कमलजीत सिंह नूं डेड डिक्लेयर करता जी। उन्हां दी मौत हो चुकी सी, पीएसओ ते उन्हां दा ड्राइवर जिहड़े गंभीर जख्मी सी, लेकिन ओह सरवाइव कर गए, उन्हां दी जान बच गई। ठीक है, इस गल नूं लैके पंजाब दे विच बड़ी चर्चा होण लग गई कि आ एक्सीडेंट होया तां होया किवें, कि इह एक्सीडेंट जिहड़ा है सिंपल एक्सीडेंट है, साधारण एक्सीडेंट है, जां इहदे पिछे कोई कंस्पिरेसी। ਅਸੀਂ ਅਕਸਰ ਇਹ ਚੀਜ਼ ਸੋਚਦੇ ਸੀ ਵੀ ਧੁੰਦਾ ਧੰਦਾ 'ਚ ਤਾਂ ਹੋਏ ਨਹੀਂ ਇਹੋ ਜਿਹੇ ਐਕਸੀਡੈਂਟ, ਮਾਰਚ 'ਚ ਖੁੱਲ੍ਹ ਜਾਂਦਾ ਮੌਸਮ ਉਹ। ਜਦੋਂ ਉਹ ਜਦੋਂ ਇਸ ਤਰ੍ਹਾਂ ਦੀ ਉਹਨਾਂ ਦੀ ਹਾਲਤ ਹੁੰਦੀ ਹੈ ਤਾਂ ਬੜੀ ਪ੍ਰੋਬਲਮ ਹੋ ਗਈ ਜੀ। ਇਹ ਕੀ ਹੋਇਆ? ਆਨਣ ਫਾਨਣ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਮੈਜਿਸਟੇਰੀਅਲ ਇਨਕੁਆਇਰੀ ਦਾ ਹੁਕਮ ਕਰਤਾ ਜੀ। ਤੇ ਜੇ ਮੈਂ ਭੁੱਲਦਾ ਨਹੀਂ ਤਾਂ ਕਮਿਸ਼ਨਰ ਹੁੰਦੇ ਸੀਗੇ ਉਸ ਡਿਵੀਜ਼ਨ ਦੇ ਜੀ, ਜਿਨ੍ਹਾਂ ਦਾ ਨਾਂ ਸ਼ਾਇਦ ਜਸਵੀਰ ਸਿੰਘ ਵੀਰ ਸੀ। ਅੱਛਾ, ਉਹਨਾਂ ਨੇ ਇਨਕੁਆਇਰੀ ਅਫਸਰ ਲਾਤਾ। ਅੱਛਾ, ਉਹਨਾਂ ਨੇ ਇਨਕੁਆਇਰੀ ਕੀਤੀ। ਹੁਣ ਤਾਂ ਮੈਨੂੰ ਪਤਾ ਨਹੀਂ ਵੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਉਸ ਇਨਕੁਆਇਰੀ ਰਿਪੋਰਟ ਨੂੰ ਹਵਾ ਲਵਾਤੀ ਹੈ ਕਿ ਨਹੀਂ ਲਵਾਤੀ, ਗਰਦੋ ਤੋਂ ਝਾੜਤੀ ਹੈ ਕਿ ਨਹੀਂ ਝਾੜਤੀ। ਲੇਕਿਨ ਜਿੰਨੀ ਦੇਰ ਤੱਕ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਸਰਕਾਰ ਰਹੀ ਹੈ, 2009 ਦੀ ਇਹ ਘਟਨਾ ਵਾਪਰਦੀ ਹੈ, 2009 ਤੋਂ ਲੈ ਕੇ 2017 ਤੱਕ ਉਸ ਰਿਪੋਰਟ ਦੇ ਵਿੱਚ ਲਿਖਿਆ ਕੀ ਹੈ 8 ਸਾਲਾਂ ਦੇ ਵਿੱਚ ਕਿਸੇ ਨੂੰ ਪਤਾ ਨਹੀਂ ਲੱਗਦਾ। ਸਿਸਟਮ ਸਾਡਾ ਇਹੋ ਜਿਹਾ ਕਿਉਂ ਆ? ਇਹੀ ਚੀਜ਼ਾਂ ਨੇ ਉਹਦੇ 'ਚ, ਇਹ ਨਹੀਂ ਪਤਾ ਲੱਗਣ ਦਿੱਤਾ ਕਿ ਕੌਣ ਜ਼ਿੰਮੇਵਾਰ ਹੈ ਜੀ। ਚਲੋ, ਹੋਇਆ ਕੀਤਾ, ਕੈਪਟਨ ਕਮਲਜੀਤ ਸਿੰਘ ਹੋਰਾਂ ਦੀ ਅੰਤਮ ਅਰਦਾਸ ਹੋਈ। ਅੰਤਮ ਅਰਦਾਸ ਦੇ ਉੱਤੇ ਉਹਨਾਂ ਦੇ ਬੇਟੇ ਬੜੀ ਨੇ ਜੀ ਬੜਾ ਜੋਸ਼ੀਲਾ ਭਾਸ਼ਣ ਕੀਤਾ। ਇਹੋ ਜਿਹਾ ਜੋਸ਼ੀਲਾ ਭਾਸ਼ਣ ਕੀਤਾ ਕਿ ਇਹ ਪਤਾ ਲੱਗਿਆ ਕਿ ਇਹ ਜਾ ਰਹੇ ਜੀ। ਉਹ ਤੋਂ ਪਹਿਲਾਂ ਕੈਪਟਨ ਕਮਲਜੀਤ ਸਿੰਘ ਨੇ ਆਪਣੇ ਪੁੱਤ ਨੂੰ ਰਾਜਨੀਤੀ ਵਾਲੇ ਪਾਸੇ ਪਾਉਣਾ ਸ਼ੁਰੂ ਕਰ ਦਿੱਤਾ ਸੀ, ਕਿਉਂਕਿ ਉਹ ਕੋਆਪਰੇਟਿਵ ਮਿਨਿਸਟਰ ਸੀ ਜੀ। ਟਿਕਟ ਵੀ ਦਵਾਈ ਉਹਨਾਂ ਨੂੰ, ਸ਼ਾਇਦ ਉਹ ਕਾਮਯਾਬ ਨਹੀਂ ਹੋ ਸਕੇ ਸੀ, ਐਮਐਲਏ ਦੀ ਟਿਕਟ ਜੀ ਹਾਰ ਗਏ ਸੀ ਜੀ, ਬਣੀ ਹੋਣੀ। ਫਿਰ ਬਣੀ ਨੂੰ ਸੈਂਟਰਲ ਕੋਆਪਰੇਟਿਵ ਬੈਂਕ ਦੀ ਪੰਜਾਬ ਇਕਾਈ ਦਾ ਜਿਹੜਾ ਪੰਜਾਬ ਯੂਨਿਟ ਹੈ, ਪੰਜਾਬ ਯੂਨਿਟ ਦਾ ਪ੍ਰੈਜ਼ੀਡੈਂਟ ਬਣਾ ਦਿੱਤਾ ਜੀ। ਕੈਪਟਨ ਕਮਲਜੀਤ ਸਿੰਘ ਦੀ ਮੌਤ ਹੋ ਗਈ, ਉਹਨਾਂ ਦੀ ਸੀਟ ਖਾਲੀ ਹੋ ਗਈ, ਚੋਣ ਉਸੇ ਦੁਬਾਰਾ ਹੋਣੀ ਸੀ ਜੀ। ਆਮ ਤੌਰ ਦੇ ਉੱਤੇ ਆਪਾਂ ਸਮਝਦੇ ਇਹ ਹੈ ਕਿ ਜਦੋਂ ਕੋਈ ਵੱਡਾ ਲੀਡਰ ਜੀ ਰੁਖਸਤ ਹੋ ਜਾਂਦਾ ਇਸ ਦੁਨੀਆ ਤੋਂ ਔਰ ਅਜਿਹੇ ਹਾਲਾਤਾਂ 'ਚ ਹੋ ਜਾਂਦਾ, ਤੇ ਉਹਦੇ ਪਰਿਵਾਰ ਨੂੰ ਐਡਜਸਟ ਕੀਤਾ ਜਾਂਦਾ ਜੀ। ਉਦੋਂ ਉਮੀਦ ਇਹ ਸੀ ਕਿ ਸ਼ਾਇਦ ਬਣੀ ਨੂੰ ਉਹਨਾਂ ਦੀ ਜਗ੍ਹਾ 'ਤੇ ਟਿਕਟ ਦੇ ਦਿੱਤੀ ਜਾਵੇ ਔਰ ਬਣੀ ਨੂੰ ਬਣਾ ਦਿੱਤਾ ਜਾਵੇ ਵਜ਼ੀਰ। ਬਣੀ ਦੀ ਕੋਸ਼ਿਸ਼ ਵੀ ਇਹ ਸੀ, ਲੇਕਿਨ ਇਗਨੋਰ ਕਰਤਾ। ਬਣੀ ਨੇ ਫਿਰ ਉਹਦੇ 'ਤੇ ਬੜਾ ਲੰਬਾ ਚੌੜਾ ਭਾਸ਼ਣ ਦਿੱਤਾ, ਅਤੇ ਉਸ ਭਾਸ਼ਣ ਤੋਂ ਇਹ ਗੱਲ ਲੱਗਦੀ ਸੀ ਜੀ ਕਿ ਜੀ ਹੁਣ ਤਾਂ ਮਤਲਬ ਜਿਹੜੇ ਹੈਗੇ ਪਟਾਕੇ ਪੈ ਗਏ ਔਰ ਇਹਦੇ ਵਿੱਚੋਂ ਸ਼ਾਇਦ ਕੋਈ ਨਾ ਕੋਈ ਵੱਡੀ ਗੱਲ ਕਹਿ ਦੇਵੇ, ਲੇਕਿਨ ਉਹ ਗੱਲ ਰੁਕ ਗਈ। ਅਤੇ ਅੱਗੇ ਉਹਦੇ ਪਰਿਵਾਰ ਦਾ ਫਿਰ ਹੁੰਦਾ ਕੀ ਹੈ ਜੀ, ਉਹ ਇੱਕ ਕਹਾਣੀ ਅਜੀਬ ਆ, ਉਹ ਮੈਂ ਤੁਹਾਨੂੰ ਦੱਸਦਾ। ਬਿਲਕੁਲ ਜੀ ਜੀ ਢਿੱਲੋਂ ਸਾਹਿਬ, ਆਪਾਂ ਗੱਲ ਜਿਹੜੀ ਜਿੱਥੇ ਕਿ ਰੋਕੀ ਹੈ ਲਿਆ ਕੇ, ਉਹ ਰੋਕੀ ਹੈ ਕਿ ਕੈਪਟਨ ਕਮਲਜੀਤ ਸਿੰਘ ਜੀ ਦਾ ਦੇਹਾਂਤ ਹੋ ਚੁੱਕਿਆ ਐਕਸੀਡੈਂਟ ਦੇ ਦੌਰਾਨ, ਔਰ ਉਹਦੀ ਜਾਂਚ ਹੈ ਜਿਹੜੀ ਉਹ ਕੋਈ ਬਹੁਤੀ ਵਧੀਆ ਤਰੀਕੇ ਦੇ ਨਾਲ ਹੋਈ ਹੀ ਨਹੀਂ, ਮੈਂ ਤਾਂ ਇਹ ਕਹਿ ਲਵਾਂ, ਹੈ ਨਾ। ਉਸ ਤੋਂ ਬਾਅਦ ਆਪਾਂ ਗੱਲ ਲਿਆ ਕੇ ਛੱਡੀ ਹੈ ਕਿ ਉਹਨਾਂ ਦੇ ਪਰਿਵਾਰ ਦਾ ਫਿਰ ਉਸ ਤੋਂ ਬਾਅਦ ਸਿਆਸੀ ਦੁਨੀਆ ਦੇ ਵਿੱਚ ਕੀ ਸਥਾਨ ਰਿਹਾ, ਕਿੱਥੇ ਜੇ ਰਹੇ, ਕਿਵੇਂ ਜੇ ਅਤੇ ਅੱਜ ਕਿੱਥੇ ਜੇ ਪਹੁੰਚੇ ਨੇ? ਦੇਖੋ, ਫਿਰ ਕੈਪਟਨ ਕਮਲਜੀਤ ਸਿੰਘ ਦੇ ਪਰਿਵਾਰ ਦੀ ਸਥਿਤੀ ਇਹ ਬਣ ਗਈ ਕਿ ਅਕਾਲੀ ਦਲ ਨੇ ਉਹਨਾਂ ਨੂੰ ਬਿਲਕੁਲ ਇਗਨੋਰ ਕਰ ਦਿੱਤਾ ਜੀ। ਅਕਾਲੀ ਦਲ ਦੇ ਵਿੱਚ ਉਹਨਾਂ ਦੀ ਜਿਹੜੀ ਹੈ ਕੋਈ ਪੁੱਛ ਨਹੀਂ ਸੀ, ਕੋਈ ਪ੍ਰਤੀਤ ਨਹੀਂ ਸੀ, ਕੋਈ ਉਹਨਾਂ ਨੂੰ ਉੱਥੇ ਮਾਨਤਾ ਨਹੀਂ ਸੀ ਜੀ। ਪਰਿਵਾਰ ਫਰਸਟ੍ਰੇਟ ਹੋ ਗਿਆ ਵੀ ਕੀ ਕਰੀਏ, ਹੁਣ ਕੀ ਕਰੇ ਪੋਲੀਟੀਕਲ ਪਰਿਵਾਰ। ਸਰਦਾਰ ਦਾਰਾ ਸਿੰਘ ਰਾਜਨੀਤੀ 'ਚ ਰਹੇ, ਕੈਪਟਨ ਕਮਲਜੀਤ ਸਿੰਘ ਰਾਜਨੀਤੀ ਦੇ ਵਿੱਚ, ਜਸਜੀਤ ਸਿੰਘ ਬਣੀ ਰਾਜਨੀਤੀ ਦੇ ਵਿੱਚ ਜੀ। ਹੁਣ ਇਹ ਤਿੰਨ ਬੰਦੇ ਅਤੇ ਉਹਨਾਂ ਨੂੰ ਬਿਲਕੁਲ ਜਿਹੜਾ ਹੈਗਾ ਕਰਕੇ, ਮੈਂ ਜਿਵੇਂ ਕਿ ਪਹਿਲਾਂ ਕਹਿ ਚੁੱਕਿਆ ਕਿ ਉਦੋਂ ਤੱਕ ਲੀਡਰਸ਼ਿਪ ਹੈ ਜਿਹੜੀ ਅਕਾਲੀ ਦਲ ਦੀ ਲੀਡਰਸ਼ਿਪ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਹੱਥਾਂ ਵਿੱਚ ਆ ਗਈ ਸੀ। ਠੀਕ ਹੈ, ਆਪਣੇ ਸਿਆਸੀ ਵਿਰੋਧੀਆਂ ਨੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੀ ਪਟਕਣੀ ਦਿੰਦੇ ਰਹੇ ਜੀ, ਲੇਕਿਨ ਸਰਦਾਰ ਪ੍ਰਕਾਸ਼ ਸਿੰਘ ਬਾਦਲ ਇਸ ਤਰ੍ਹਾਂ ਕਰਦੇ ਹੁੰਦੇ ਸੀਗੇ ਕਿ ਪਟਕਣੀ ਵੀ ਦੇ ਦਿੰਦੇ ਸੀ ਜੀ, ਅਤੇ ਗੁੰਜਾਇਸ਼ ਵੀ ਰੱਖ ਲੈਂਦੇ ਹੁੰਦੇ ਸੀ ਕਿ ਬੰਦੇ ਨੂੰ ਨਾ ਜਾ ਕੇ ਕਹਿਣਾ ਵੀ ਭਾਈ ਸੱਟ ਤਾਂ ਤੇਰੇ ਲੱਗ ਗਈ ਪਰ ਕੋਈ ਨਹੀਂ, ਮਲਮ ਪੱਟੀ ਕਰ, ਦੋ ਪੈਰ ਅੱਗੇ ਇੱਕ ਪਿੱਛੇ ਕਰ। ਹਾਂ, ਉਹ ਮਤਲਬ ਇਸ ਤਰ੍ਹਾਂ ਕਰ ਲੈਂਦੇ ਸੀ, ਪਲੋਸਦੇ ਵੀ ਸੀ, ਸੱਟ ਵੀ ਲੱਗਦੀ ਸੀ ਅਤੇ ਪਲੋਸ ਵੀ ਲੈਂਦੇ ਸੀ ਜੀ। ਲੇਕਿਨ ਸੁਖਬੀਰ ਸਿੰਘ ਬਾਦਲ ਦਾ ਜਿਹੜਾ ਸਵਾਲ ਥੋੜ੍ਹਾ ਜਿਹਾ ਸਖਤ ਹੈ ਕਿ ਉਸ ਪਾਸੇ ਨੂੰ ਹੋ ਗਿਆ, ਉਸ ਪਰਿਵਾਰ ਨੂੰ ਬਿਲਕੁਲ ਕਿਸੇ ਨੇ ਪੁੱਛਿਆ ਨਹੀਂ ਜੀ। ਨਤੀਜਾ ਕੀ ਹੋਇਆ ਜੀ? ਨਤੀਜਾ ਜੇ ਹੁਣ ਥੋੜ੍ਹੀ ਜਿਹੀ ਮੈਂ ਤੁਹਾਨੂੰ ਗੱਲ ਦੱਸਾਂ ਅੱਗੇ ਕੀ ਹੈ ਪਰਿਵਾਰਕ, ਮੈਂ ਵੈਸੇ ਉਹਦੇ 'ਚ ਇੱਕ ਵੱਖਰਾ ਐਪੀਸੋਡ ਕਰਨਾ ਚਾਹੁੰਦਾ ਸੀ। ਅੱਛਾ, ਕੈਪਟਨ ਕਮਲਜੀਤ ਸਿੰਘ ਦੀ ਬੇਟੀ ਮਨਪ੍ਰੀਤ ਕੌਰ ਡੋਲੀ ਹੈ ਜਿਹੜੀ, ਹਾਂਜੀ, ਇਹਦੀ ਮੈਰਿਜ ਜਿਹੜੀ ਹੋਈ ਹੈ ਉਹ ਹੋਈ ਹੈ ਸ਼ਾਮਗੜ੍ਹ ਫੈਮਿਲੀ 'ਚ। ਅੱਛਾ, ਸ਼ਾਮਗੜ੍ਹ ਜਿਹੜੀ ਹੈਗੀ ਹੈ ਹਰਿਆਣੇ ਦੇ ਵਿੱਚ ਪੈਂਦੀ ਹੈ, ਮੇਰੇ ਖਿਆਲ ਉੱਤਰਾਖੰਡ 'ਚ ਹੀ ਪੈਂਦੀ ਹੋਣੀ ਸ਼ਾਇਦ, ਉਹ ਸ਼ਾਮਗੜ੍ਹ ਇੱਕ ਰਿਆਸਤ ਹੈ, ਚਲੋ ਛੋਟੀ ਜਿਹੀ ਰਿਆਸਤ ਹੈ। ਉਸ ਰਿਆਸਤ ਦੇ ਜਿਹੜੇ ਸਰਦਾਰ ਸਾਹਿਬ ਸੀ, ਜਿਹੜੇ ਦੇ ਫਾਊਂਡਰ ਸੀ,
ਉਹਨਾਂ ਦਾ ਨਾਮ ਸੀ ਸਰਦਾਰ ਕਿਰਪਾਲ ਸਿੰਘ। ਠੀਕ ਹੈ ਜੀ। ਔਰ ਕਿਰਪਾਲ ਸਿੰਘ ਜਿਹੜਾ ਹੈਗਾ ਸਾਡੇ ਜਿਹੜਾ ਸਾਡਾ ਕਲੇਨ ਹੈ ਜੀ, ਢਿੱਲੋਂ ਕਲੇਨ, ਉਹਦੇ ਵਿੱਚੋਂ ਸਾਡੇ ਪਿੰਡ ਘੁੱਦੇ ਤੋਂ ਗਏ ਸੀ। ਅੱਛਾ ਜੀ। ਅੱਛਾ। ਉਹ ਕੈਪ ਜਿਹੜੀ ਸੀਗੀ ਰਿਆਸਤ ਪਟਿਆਲਾ ਦੇ ਨਾਲ ਉਹਨਾਂ ਦੀ ਕੋਈ ਰਿਸ਼ਤੇਦਾਰੀ ਪੈਂਦੀ ਸੀ। ਅੱਛਾ ਜੀ। ਉਸ ਰਿਸ਼ਤੇਦਾਰੀ ਦੇ ਚੱਲਦਿਆਂ ਉਹਨਾਂ ਨੂੰ ਮਤਲਬ ਕੋਈ ਛੋਟੀ ਜਿਹੀ ਰਿਆਸਤ ਸੀ ਰੰਗੜਾਂ ਦੀ, ਜਿਹਦੇ ਉੱਤੇ ਕਬਜ਼ਾ ਕੀਤਾ ਹੋਇਆ ਸੀ ਰੰਗੜਾਂ ਨੇ, ਰਿਆਸਤ ਪਟਿਆਲਾ ਦਾ ਹਿੱਸਾ ਹੁੰਦਾ ਸੀ ਜੀ। ਤੇ ਉਸ ਵੇਲੇ ਦੇ ਜਿਹੜੇ ਪਟਿਆਲਾ ਦੇ ਮਹਾਰਾਜਾ ਸੀ ਉਹਨਾਂ ਦੀ ਮਦਦ ਦੇ ਨਾਲ ਉਹਨਾਂ ਨੇ ਕਹਿਤਾ ਤੁਸੀਂ ਇਹਨੂੰ ਛਡਵਾ ਲਓ। ਸਰਦਾਰ ਕਿਰਪਾਲ ਸਿੰਘ ਬੜੇ ਤਕੜੇ ਸੈਨਾਪਤੀ ਸੀ, ਔਰ ਉਹਨਾਂ ਨੇ ਆਪਣੀ ਜਿਹੜੀ ਹੈਗੀ ਆ ਉਹ ਫੋਰਸ ਲੈ ਕੇ, ਫੌਜ ਲੈ ਕੇ, ਤੇ ਉਹ ਰੰਗੜਾ ਤੋਂ ਰਿਆਸਤ ਖਾਲੀ ਕਰਵਾ ਲਈ ਸੀ। ਅੱਛਾ। ਉਹ ਉੱਥੇ ਜਾ ਕੇ ਬਸ ਗਏ ਸੀ। ਆਏ ਪੀੜ੍ਹੀ ਦਾ ਸਾਡੇ ਨਾਲ ਵਰਤ ਵਰਤਾਰਾ ਹੈ ਨਹੀਂ, ਤੇ ਬਾਕੀ ਪੀੜ੍ਹੀਆਂ ਸਾਡੇ ਨਾਲ ਪਹਿਲਾਂ ਇੱਥੋਂ ਵਰਤੀਆਂ ਰਹੀਆਂ। ਠੀਕ ਹੈ। ਕਿਉਂਕਿ ਇਨਸੀਡੈਂਟਲੀ ਸਾਡਾ ਖਾਨਦਾਨ ਪ੍ਰਕਾਸ਼ ਸਿੰਘ ਬਾਦਲ ਦੇ ਖਾਨਦਾਨ ਨਾਲ ਵੀ ਮਿਲਦਾ, ਢਿੱਲੋਂ। ਪਰ ਗੱਲ ਇਹ ਕਿ ਇੱਕ ਜਦੋਂ ਤੜਾ ਇੱਕ ਜਦੋਂ ਹੈਗਾ ਗਰੀਬੀ ਵਾਲੇ ਪਾਸੇ ਨੂੰ ਚਲਾ ਜਾਂਦਾ ਤੇ ਦੂਜਾ ਅਮੀਰੀ ਵਾਲੇ ਪਾਸੇ ਨੂੰ ਚਲਾ ਜਾਂਦਾ। ਉਹ ਵੀ ਸਿਆਸਤ ਦੇ ਵਿੱਚ ਨਹੀਂ, ਫਿਰ ਉਦੋਂ ਇਹ ਹੁੰਦੀ ਹੈ ਕਿ ਅਮੀਰਾਂ ਨਾਲ ਰਿਸ਼ਤੇਦਾਰੀ ਹੋ ਜਾਂਦੀ ਹੈ, ਗਰੀਬ ਨੂੰ ਤਾਂ ਅਮੀਰ ਵੀ ਰਿਸ਼ਤੇਦਾਰ ਨਹੀਂ ਮੰਨਦਾ ਹੁੰਦਾ। ਸੋ ਇਹ ਰਿਸ਼ਤੇਦਾਰੀਆਂ ਚੱਲਦੀਆਂ ਰਹੀਆਂ ਤੇ ਬਾਦਲ ਸਾਹਿਬ ਦੀ ਉਹਨਾਂ ਨਾਲ ਆਉਣ ਜਾਣ ਵੀ ਰਹੀ। ਰਿਆਸਤ ਪਟਿਆਲਾ ਦੇ ਨਾਲ ਉਹਨਾਂ ਰਿਸ਼ਤਿਆਂ ਦੇ ਚੱਲਦਿਆਂ ਡੌਲੀ ਜਿਹੜੀ ਹੈਗੀ ਹੈ, ਡੌਲੀ ਤੇ ਉਹਦੀ ਮਾਂ ਉਹ ਕਾਂਗਰਸ ਪਾਰਟੀ ਸ਼ਾਮਲ ਹੋ। ਠੀਕ ਹੈ। ਜਸਜੀਤ ਸਿੰਘ ਬਣੀ ਹੈ ਜਿਹੜਾ ਉਹ ਲਾਂਬੇ ਰਹਿ ਗਿਆ ਜੀ। ਅਖੀਰ ਜਦੋਂ ਕਾਂਗਰਸ ਪਾਰਟੀ ਸ਼ਾਮਲ ਹੋ ਗਏ ਤੇ ਕਾਂਗਰਸ ਪਾਰਟੀ ਦੀ ਹਾਲਤ ਵੀ ਇਹ, ਕਿਉਂਕਿ ਕੈਪਟਨ ਕਮਲਜੀਤ ਸਿੰਘ ਦਾ ਜਿਹੜਾ ਹਲਕਾ ਹੈ ਉਹ ਡੇਰਾਬੱਸੀ ਸੀ ਜੀ। ਡੇਰਾਬੱਸੀ ਤੋਂ ਜਿਹੜਾ ਕਾਕਾ ਢਿੱਲੋਂ, ਹਾਂਜੀ ਕਾਕਾ ਢਿੱਲੋਂ ਤੋਂ ਜਿਹੜਾ ਹੈਗਾ ਪਹਿਲਾਂ ਕਾਂਗਰਸ ਦਾ ਕੈਂਡੀਡੇਟ ਹੁੰਦਾ ਸੀ, ਫਿਰ ਉਹ ਅਕਾਲੀ ਦਲ ਦਾ ਕੈਂਡੀਡੇਟ ਹੋ ਗਿਆ, ਤੇ ਉਹ ਤੋਂ ਪਹਿਲਾਂ ਫਿਰ ਉਹ ਤੋਂ ਜਿਹੜਾ ਹੈਗਾ ਥੋੜਾ ਐਨ ਕੇ ਸ਼ਰਮਾ ਹੋ ਗਿਆ। ਐਨ ਕੇ ਸ਼ਰਮਾ ਨੂੰ ਵੀ ਸਥਾਪਿਤ ਕਰਤਾ ਸੀਗਾ ਅਕਾਲੀ ਦਲ ਦੇ ਵਿੱਚ, ਐਨ ਕੇ ਸ਼ਰਮਾ ਨੂੰ ਥੋੜਾ ਜਿਹਾ ਪਹਿਲਾਂ ਪਾਸੇ ਕਰਤਾ ਸੀ, ਫਿਰ ਐਨ ਕੇ ਸ਼ਰਮਾ ਨੂੰ ਉੱਥੇ ਲੈ ਆਉਂਦਾ। ਮਤਲਬ ਉਹ ਹਾਲਾਤ ਇਹੋ ਜਿਹੇ ਬਣ ਗਏ ਕਿ ਜਿਹੜੀ ਡੇਰਾਬੱਸੀ ਦੀ ਟਿਕਟ ਹੈ ਉਹ ਕੈਪਟਨ ਖਾਨਦਾਨ ਨੂੰ ਮਿਲਦੀ ਨਾ ਦੇ। ਤੇ ਨਤੀਜਾ ਕੀ ਹੋਇਆ? ਨਤੀਜਾ ਇਹ ਹੋਇਆ ਫਿਰ ਕੈਪਟਨ ਖਾਨਦਾਨ ਨੂੰ ਜਿਹੜਾ ਹੈਗਾ ਡੌਲੀ ਨੂੰ ਤੇ ਉਹਦੀ ਮਾਂ ਨੂੰ ਸਰਬਜੀਤ ਕੌਰ ਨੂੰ ਉਹਨਾਂ ਨੂੰ ਮਜਬੂਰ ਹੋਣਾ ਪੈ ਗਿਆ। ਉਹਨਾਂ ਨੇ ਫਿਰ ਆਮ ਆਦਮੀ ਪਾਰਟੀ, ਆਮ ਆਦਮੀ ਪਾਰਟੀ ਜੁਆਇਨ ਕੀਤੀ। ਆਮ ਆਦਮੀ ਪਾਰਟੀ ਵੱਲੋਂ ਟਿਕਟ ਵੀ ਮਿਲ ਗਈ ਸਰਬਜੀਤ ਕੌਰ ਨੂੰ, ਲੇਕਿਨ ਉਹ ਗੱਲ ਨਾ ਬਣ ਸਕੀ, ਕਿਉਂਕਿ ਜਿਹੜੀ ਵਿਰਾਸਤ ਕੈਪਟਨ ਕਮਲਜੀਤ ਸਿੰਘ ਦੀ ਸੀ ਉਹਦੀ ਵਿਰਾਸਤ ਜਿਹੜੀ ਹੈਗੀ ਪੂਰੀ ਤਰ੍ਹਾਂ ਤਹਿਸ ਨਹਿਸ ਕਰਕੇ ਉਹਦੇ ਪਰਿਵਾਰ ਨੂੰ ਫਿਰ ਕਿਵੇਂ ਕ੍ਰਸ਼ ਕਰਨੇ ਦਾ ਨਤੀਜਾ ਇਹ ਹੋਇਆ ਕਿ ਜਿਹੜਾ ਅਕਾਲੀ ਕਾਡਰ ਉਹਨਾਂ ਦੇ ਨਾਲ ਜੁੜਿਆ ਹੋਇਆ ਸੀ, ਅੱਛਾ ਜੀ, ਉਸ ਅਕਾਲੀ ਕਾਡਰ ਨੂੰ ਲੀਡਰਲੈਸ ਕਰ ਦਿੱਤਾ। ਓ ਉਸ ਅਕਾਲੀ ਕਾਡਰ ਦਾ ਇੱਕ ਹਿੱਸਾ ਤਾਂ ਕਾਂਗਰਸ ਵਾਲੇ ਪਾਸੇ ਚਲਾ ਗਿਆ ਜੀ। ਠੀਕ ਹੈ। ਇੱਕ ਹਿੱਸਾ ਜਿਹੜਾ ਐਨ ਕੇ ਸ਼ਰਮਾ ਬਹੁਤ ਪੈਸੇ ਵਾਲਾ ਬੰਦਾ ਜੀ ਉਹਦੇ ਨਾਲ ਚਲਾ ਗਿਆ। ਠੀਕ ਹੈ। ਹੁਣ ਜੇ ਐਨ ਕੇ ਸ਼ਰਮਾ ਹੋਰਾਂ ਦੀ ਆਪਾਂ ਗੱਲ ਕਰੀਏ, ਐਨ ਕੇ ਸ਼ਰਮਾ ਕਿੱਡਾ ਵੱਡਾ ਜਿਹੜਾ ਹੈਗਾ ਉਹਨੂੰ ਆਪਾਂ ਕਹਾਂਗੇ ਬਿਲਡਰ ਹੈ। ਅੱਛਾ। ਚੰਡੀਗੜ੍ਹ ਦੇ ਵਿੱਚ ਜਾ ਕੇ ਦੇਖੋ ਤੇ ਤੁਹਾਨੂੰ ਦੋ ਹੀ ਉੱਥੇ ਇਹ ਬੋਰਡ ਮਿਲ ਗਏ, ਇੱਕ ਜਨਤਾ ਪ੍ਰਮੋਟਰ ਵਾਲਿਆਂ ਦਾ, ਅੱਛਾ ਜੀ, ਕੁਲਵੰਤ ਸਿੰਘ ਜਿਹੜੇ ਮੇਅਰ ਹੈਗੇ ਤੁਹਾਡੇ ਉੱਥੋਂ ਦੇ ਮੋਹਾਲੀ ਦੇ ਜੀ, ਤੇ ਦੂਜਾ ਜਿਹੜਾ ਐਨ ਕੇ ਸ਼ਰਮਾ ਜੀ। ਐਨ ਕੇ ਸ਼ਰਮਾ ਬਹੁਤ ਪੈਸੇ ਵਾਲਾ ਬੰਦਾ ਹੈ ਔਰ ਐਨ ਕੇ ਸ਼ਰਮਾ ਜਿਹੜਾ ਹੈਗਾ ਅਕਾਲੀ ਦਲ ਦਾ ਖਜ਼ਾਨਚੀ। ਓਕੇ। ਸਰਦਾਰ ਸੁਖਵੀਰ ਸਿੰਘ ਬਾਦਲ ਨੇ ਦੇਖਿਆ ਕਿ ਹੁਣ ਇਹ ਜਿਹੜਾ ਹੈਗਾ ਕੈਪਟਨ ਪਰਿਵਾਰ, ਕੈਪਟਨ ਜਿਹੜਾ ਕਿਸੇ ਵੇਲੇ ਚੁਣੌਤੀ ਬਣਦਾ ਸੀ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਲੀਡਰਸ਼ਿਪ ਦੇ ਲਈ, ਹਾਂਜੀ ਹਾਂਜੀ, ਉਹਦਾ ਐਕਸੀਡੈਂਟ ਹੋ ਗਿਆ। ਉਹਦਾ ਐਕਸੀਡੈਂਟ ਹੋ ਗਿਆ, ਸਹਿਬਨ ਹੋਇਆ ਉਹਦਾ ਐਕਸੀਡੈਂਟ ਜਾਂ ਉਹਦਾ ਐਕਸੀਡੈਂਟ, ਇੱਕ ਸਾਜ਼ਿਸ਼ ਸੀ, ਇਹ ਅਜੇ ਤੱਕ ਇੱਕ ਭੇਦ ਬਰਕਰਾਰ ਹੈ ਜੀ। ਇਹ ਉਸ ਪਰਿਵਾਰ ਦੇ ਵੀ ਹਜ਼ਮ ਨਹੀਂ ਹੁੰਦਾ। ਅਖੀਰ ਰੁਲਦਿਆਂ ਪਰਿਵਾਰ ਕਿੱਥੇ ਪਹੁੰਚ ਗਿਆ? ਇਸ ਪਰਿਵਾਰ ਨੂੰ ਫਿਰ ਮਜਬੂਰ ਕਰਤਾ ਕਿ ਸਾਡੀਆਂ ਸ਼ਰਤਾਂ 'ਤੇ ਤੁਹਾਨੂੰ ਅਕਾਲੀ ਦਲ 'ਚ ਆਉਣਾ ਪੈਣਾ। ਜਿਵੇਂ ਕਿ ਮੈਂ ਪਹਿਲਾਂ ਦੱਸਿਆ ਸੀ ਕਿ ਸ਼ਾਮਗੜ੍ਹ ਰਿਆਸਤ ਜਿਹੜੀ ਹੈਗੀ ਹੈ ਉਹ ਢਿੱਲੋਂ ਖਾਨਦਾਨ ਹੈ, ਉਹ ਸਾਨੂੰ ਵੀ ਨੇੜੇ ਹੈ ਜੀ, ਮੇਰੇ ਖਾਨਦਾਨ ਨੂੰ ਵੀ ਨੇੜੇ ਹੈ, ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਨੇੜੇ ਹੈ ਜੀ। ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਦੀਆਂ ਫਿਰ ਉਹਨਾਂ ਨਾਲ ਰਿਸ਼ਤੇਦਾਰੀਆਂ ਵੀ ਪੈਂਦੀਆਂ। ਅੱਛਾ ਜੀ। ਕਿਉਂਕਿ ਬੀਬੀ ਜਿਹੜੀ ਸੁਰਿੰਦਰ ਕੌਰ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਘਰਵਾਲੀ, ਉਹਨਾਂ ਦੀ ਭੂਆ ਜੀ ਵੀ ਉਸ ਪਰਿਵਾਰ ਦੇ ਵਿੱਚ ਮੈਰਿਡ ਸੀ, ਚੱਕ ਫਤਿਹ ਸਿੰਘ। ਬਾਅਦ ਦੇ ਵਿੱਚ ਜਿਹੜੀ ਉਹਨਾਂ ਦੀ ਕਜ਼ਨ ਸਿਸਟਰ ਹੈ ਇੱਕ, ਅੱਛਾ ਜੀ, ਉਹਦੀ ਮੈਰਿਜ ਵੀ ਉਸ ਖਾਨਦਾਨ ਦੇ ਵਿੱਚ ਹੋ ਗਈ ਸੀ। ਠੀਕ ਹੈ। ਉਹ ਫਿਰ ਰਿਸ਼ਤੇਦਾਰੀਆਂ ਦਾ ਦਬਾਅ ਪਾ ਕੇ ਸਿਲਸਿਲਾ ਇਹ ਹੋ ਗਿਆ ਕਿ ਬਣੀ ਜਿਹੜਾ ਹੈਗਾ ਮੇਲ ਮੈਂਬਰ ਉਸ ਪਰਿਵਾਰ ਦਾ, ਜਿਹੜਾ ਮਤਲਬ ਜਿਹਨੂੰ ਚਲੋ ਆਪ ਮੇਲ ਫੀਮੇਲ 'ਚ ਆਪਾਂ ਤਾਂ ਕੋਈ ਫਰਕ ਨਹੀਂ ਸਮਝਦੇ, ਬਣੀ ਹੈ ਇਸ ਵੇਲੇ ਕਿਸੇ ਪਾਸੇ ਜੋ ਕਰਾਂ। ਅੱਛਾ। ਉਹਨੂੰ ਐਨ ਪੂਰੀ ਤਰ੍ਹਾਂ ਰੋਲ ਤਾਂ ਆਪਣੇ ਕਾਰੋਬਾਰ ਦੇ ਵਿੱਚ ਲੱਗਿਆ ਹੋਇਆ, ਉਹਨਾਂ ਮਾਮਾ ਧੀਆਂ ਨੂੰ ਜੁਆਇਨ ਕਰਵਾ ਲਿਆ ਜੀ, ਅਕਾਲੀ ਦਲ ਜੁਆਇਨ ਕਰ ਲਿਆ, ਅਕਾਲੀ ਦਲ ਦੇ ਵਿੱਚ ਆ ਗਏ। ਲੇਕਿਨ
ਰਾਜਨੀਤਿਕ ਤੌਰ ਦੇ ਉੱਤੇ ਆਪਾਂ ਦੇਖੀ ਤੇ ਉਹ ਅਕਾਲੀ ਦਲ ਦੇ ਵਿੱਚ ਜ਼ਰੂਰ ਆ ਉਹਨਾਂ ਦੀ ਕੋਈ ਪੁੱਛਗਿੱਛ ਨਹੀਂ। ਹਾਂ ਹੁਣ ਦੋ ਪਰਿਵਾਰ ਹਨ ਜੀ, ਦੋਨੇ ਪਰਿਵਾਰ ਮਾਲਵੇ ਨਾਲ ਸੰਬੰਧਿਤ ਹੈ ਜੀ, ਦੋਨੇ ਪਰਿਵਾਰ ਜਿਹੜੇ ਹੈ ਅਕਾਲੀ ਦਲ ਦੀ ਜਿਹੜੀ ਆਪਾਂ ਇਹ ਕਹਿ ਸਕਦੇ ਹਾਂ ਕਿਸੇ ਜ਼ਮਾਨੇ ਦੇ ਵਿੱਚ ਇੱਕ ਕਿਸਮ ਦੀ ਜਿਹੜੀ ਰੀੜ ਦੀ ਹੱਡੀ ਤਾਂ ਨਹੀਂ ਕਮਾਂਗੇ ਆਪਾਂ, ਅਕਾਲੀ ਦਲ ਦੀਆਂ ਬਾਹਰ ਹੀ ਹੈ, ਪਰ ਕਿਉਂਕਿ ਦੋਨੋਂ ਪਰਿਵਾਰ ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਕਾਸ਼ ਸਿੰਘ ਬਾਦਲ ਦੇ ਰਾਹ ਦਾ ਅੜਿੱਕਾ ਬਣ ਸਕਦੇ ਸੀ ਜੀ, ਫਿਰ ਦੋਨਾਂ ਪਰਿਵਾਰਾਂ ਨੂੰ ਸਬਕ ਸਿਖਾਉਣ ਵਾਸਤੇ ਉਹਨਾਂ ਨੂੰ ਹਾਸ਼ੀਏ ਤੇ ਲਿਆਉਣ ਵਾਸਤੇ ਕੀ ਕੀਤਾ। ਇਹ ਅੱਜ ਜੇ ਆਪਾਂ ਦੇਖਦੇ ਹਾਂ ਖੁਸ਼ਬੀਰ, ਬਹੁਤ ਸਾਰੇ ਲੋਕ ਇਹ ਦੇਖਦੇ ਆ ਜੀ ਕਿ ਅਕਾਲੀ ਦਲ ਦਾ ਇਤਿਹਾਸ 100 ਸਾਲ ਹੈ ਜੀ, 100 ਸਾਲ ਪੁਰਾਣੀ ਪਾਰਟੀ ਦੀ ਸਥਿਤੀ ਇਹ ਬਣ ਗਈ ਜੀ ਕਿ ਉਹ ਪਾਰਟੀ ਵਿਰੋਧੀ ਧਿਰ ਦਾ ਰੁਤਬਾ ਵੀ ਹਾਸਲ ਨਾ ਕਰ ਸਕੇ। ਉਸ ਪਾਰਟੀ ਦਾ ਇਹ ਇੰਨਾ ਬੁਰਾ ਹਾਲ ਕਿਉਂ ਹੋਇਆ ਜੀ, ਇਹਨੂੰ ਅਸੀਂ ਇਹ ਕਹਾਂਗੇ ਕਿ ਕੁਛ ਤਾਂ ਗਲਤੀਆਂ ਜਿਹੜੀਆਂ ਉਹ ਹੈ ਜੀ, ਜਿਹੜੀਆਂ ਰਾਜਸੀ ਗਲਤੀਆਂ ਹੋਈਆਂ, ਕੁਛ ਧਾਰਮਿਕ ਗਲਤੀਆਂ ਵੀ ਹੋਈਆਂ ਜੀ, ਜਿਵੇਂ ਹੁਣ ਮਸਲਨ ਡੇਰਾ ਸੱਚਾ ਸੌਦਾ ਦੇ ਮੁਖੀ ਨੂੰ ਬਿਨ ਮੰਗਿਆ ਮੁਆਫੀ ਦੇਵਾਣੀ ਔਰ ਉਸ ਮੁਆਫੀ ਤੋਂ ਅਗਾਹ ਕਰਨਾ ਜੀ, ਉਸ ਮੁਆਫੀ ਤੋਂ ਅਗਾਹ ਕਰਨਾ ਕਿ ਗੁਰੂ ਕੀ ਗੋਲਕ ਦੇ ਵਿੱਚੋਂ ਪੈਸਾ ਕੱਢ ਕੇ ਇਸ਼ਤਿਹਾਰ ਦੇਣੇ, ਲੋਕਾਂ ਨੂੰ ਕਹਿਣਾ ਕਿ ਤੁਸੀਂ ਜਿਹੜੀ ਇਹ ਮਾਫੀਨਾਮਾ ਦਿੱਤਾ ਇਹਨੂੰ ਪ੍ਰਵਾਨ ਕਰੋ, ਇਹ ਧਾਰਮਿਕ ਗਲਤੀ। ਔਰ ਰਾਜਨੀਤਿਕ ਗਲਤੀ ਇਹ ਕਿ ਤੁਸੀਂ ਆਪਣਾ ਜਿਹੜਾ ਸਿੱਖ ਪੰਥ ਵਾਲਾ ਜਿਹੜਾ ਕਰੈਕਟਰ ਹੈ ਜੀ, 1996 ਦੇ ਵਿੱਚ ਜਿਹੜਾ ਪਹਿਲਾਂ ਜਿਹੜੀ ਆਪਣਾ ਪੰਥਕ ਪਾਰਟੀ ਹੁੰਦੀ ਸੀ ਅਕਾਲੀ ਦਲ ਜੀ, ਪੰਥਕ ਪਾਰਟੀ ਨੂੰ ਇੱਕ ਪੰਜਾਬੀ ਪਾਰਟੀ ਬਣਾਇਆ ਤੁਸੀਂ, ਪੰਜਾਬੀ ਪਾਰਟੀ ਬਣਾ ਕੇ ਪੰਜਾਬੀ ਪਾਰਟੀ ਕਿਉਂ ਬਣਾਇਆ ਜੀ, ਤਾਂ ਕਿ ਆਰਐਸਐਸ ਦੇ ਨਾਲ ਜਿਹੜੀ ਹੈਗੀ ਗੱਲ ਸਿੱਧੀ ਹੋ ਜੀ, ਇਹ ਉਹਨਾਂ ਦੀ ਰਾਜਨੀਤਿਕ ਗਲਤੀ ਹੈ। ਲੇਕਿਨ ਤੀਜੀ ਗਲਤੀ ਹੈ ਜਦੋਂ ਤੁਸੀਂ ਮਤਲਬ ਦਰਖਤ ਦੇ ਉੱਤੇ ਆਪਾਂ ਖੜੇ ਹਾਂ, ਦਰਖਤ ਦੇ ਉੱਤੇ ਖੜ ਕੇ ਆਪਾਂ ਉਹਦਾ ਇੱਕ ਡਾਹਣਾ ਵੱਢਣ ਦੀ ਕੋਸ਼ਿਸ਼ ਕਰਦੇ ਹਾਂ, ਜਿਸ ਡਾਹਣੇ ਦੇ ਉੱਤੇ ਆਪਾਂ ਬੈਠੇ ਹਾਂ ਤੇ ਜੀ ਉਸੇ ਨੂੰ ਆਪਾਂ ਆਰੀ ਨਾਲ ਜਾਂ ਕੁਹਾੜੀ ਨਾਲ ਵੱਢਾਂਗੇ ਤਾਂ ਸਾਨੂੰ ਪਤਾ ਕਿ ਅਸੀਂ ਡਿੱਗਾਂਗੇ, ਜਿਵੇਂ ਡਾਹਣਾ ਡਿੱਗੂਗਾ ਤੇ ਅਸੀਂ ਵੀ ਡਿੱਗਾਂਗੇ। ਜਿਵੇਂ ਮਤਲਬ ਬਾਦਲ ਖਾਨਦਾਨ ਨੇ ਜਥੇਦਾਰ ਗੁਰਚਰਨ ਸਿੰਘ ਟੌੜਾ, ਜਥੇਦਾਰ ਕੁਲਦੀਪ ਸਿੰਘ ਬਡਾਲਾ ਤਾਂ ਚਲੋ ਮਾੜਾ ਹੀ ਉਹਨਾਂ ਦੀ ਐਡਜਸਟਮੈਂਟ ਹੋ ਗਈ, ਜਾਂ ਕੈਪਟਨ ਕਮਲਜੀਤ ਸਿੰਘ, ਇਹਨਾਂ ਦੇ ਪਰਿਵਾਰਾਂ ਨੂੰ ਜਿਵੇਂ ਰੋਲਿਆ ਤੇ ਉਹਦੇ ਰੋਲਣ ਦਾ ਕਾਰਨ ਬਣਿਆ ਕਿ ਆਮ ਜਿਹੜਾ ਅਕਾਲੀ ਕਾਡਰ ਸੀ ਉਸ ਅਕਾਲੀ ਕਾਡਰ ਦੇ ਜਿਹੜੇ ਨੱਕ ਬੁੱਲ ਤੋਂ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਹੈ ਜਿਹੜੀ ਉਹ ਲੈ ਗਈ ਸੀ ਜੀ, ਔਰ ਉਹਦੇ ਪ੍ਰਤੀ ਜਿਹੜੀ ਜਿਹੜੀ ਕਿਸੇ ਜ਼ਮਾਨੇ ਦੇ ਵਿੱਚ ਇਹ ਹੁੰਦੀ ਸੀ ਕਿ ਜਿਹੜੇ ਅਕਾਲੀ ਹੁੰਦੇ ਸੀ ਜਿਹਦੇ ਨਾਂ ਨਾਲ ਸ਼ਬਦ ਅਕਾਲੀ ਬਣ ਗਿਆ, ਤੁਸੀਂ ਦੇਖਿਆ ਹੋਣਾ ਜਦੋਂ ਹਾਲਤ ਬਹੁਤ ਹੀ ਮਾੜੀ ਹੋ ਗਈ ਸੀ ਹਾਂਜੀ, ਉਦੋਂ ਅਕਾਲੀ ਦਲ ਦਾ ਇੱਕ ਤੁਸੀਂ ਸਟਿੱਕਰ ਦੇਖਿਆ ਹੋਣਾ ਜਿਹਦਾ ਬਹੁਤ ਵੱਡੇ ਪੱਧਰ 'ਤੇ ਪ੍ਰਚਾਰ ਹੋਇਆ ਸੀ, ਜ਼ੁਰਮਾਨਾ ਵੀ ਕਰਤਾ ਸੀ ਕਿ ਜਿਹੜੇ ਅਕਾਲੀ ਲੀਡਰ ਦੀ ਜੈਕਟ ਦੇ ਉੱਤੇ ਕਮੀਜ਼ ਦੇ ਉੱਤੇ ਪ੍ਰਾਊਡ ਟੂ ਬੀ ਅਕਾਲੀ ਇਹ ਸਟਿੱਕਰ ਨਾ ਲੱਗਿਆ ਹੋਇਆ ਉਹਨੂੰ ਜੁਰਮਾਨਾ ਕੀਤਾ ਜਾਊ। ਸਾਡੇ ਪਿੰਡਾਂ 'ਚ ਤਾਂ ਨਾ ਲੋਕਾਂ ਨੇ ਐਡੀਆਂ ਫੋਟੋਆਂ ਲਾ ਲਈਆਂ ਸੀ ਗੱਡੀਆਂ ਦੇ ਉੱਤੇ ਵੀ ਇਹ ਪ੍ਰਾਊਡ ਟੂ ਬੀ ਅਕਾਲੀ, ਹੁਣ ਧਰਨੇ ਵੇਲੇ ਲਾਈਆਂ ਹੋਣਗੀਆਂ। ਹਾਂ ਇਹ ਪ੍ਰਾਊਡ ਟੂ ਬੀ ਅਕਾਲੀ ਜਿਹੜਾ ਇਹ ਸਾਰਾ ਕੁਛ ਲਾਇਆ ਜੀ, ਇਹ ਇੰਨਾ ਕੁਛ ਕਰਨਾ ਕਿ ਪ੍ਰਾਊਡ ਟੂ ਬੀ ਅਕਾਲੀ ਉਹ ਠੀਕ ਹੈ, ਇੱਕ ਵੱਖਰੀ ਕਿਸਮ ਦਾ ਅਕਾਲੀ ਦਲ ਜਿਹੜਾ ਪੈਦਾ ਕਰ ਲਿਆ ਸੀ, ਇੱਕ ਵੱਖਰੀ ਕਿਸਮ ਦਾ ਕਾਡਰ ਪੈਦਾ ਕਰ ਲਿਆ ਸੀ ਜਿਹੜਾ ਕਾਡਰ ਕਮਾਈ ਕਰਨ ਵਾਲਾ ਸੀ। ਅੱਛਾ, ਉਹ ਡੈਡੀਕੇਟਡ ਕਾਡਰ ਨਹੀਂ ਸੀ ਜੀ, ਜਿਹੜਾ ਡੈਡੀਕੇਟਡ ਕਾਡਰ ਸੀ, ਡੈਡੀਕੇਟਡ ਕਾਡਰ ਇਹਨਾਂ ਪਰਿਵਾਰਾਂ ਦੀ ਹਾਲਤ ਦੇਖ ਕੇ, ਜਿਵੇਂ ਕਿ ਮੈਂ ਦੱਸ ਚੁੱਕਿਆ ਤੁਹਾਨੂੰ ਕਿ ਕੈਪਟਨ ਟੌੜਾ ਖਾਨਦਾਨ ਹੋ ਗਿਆ, ਕੈਪਟਨ ਖਾਨਦਾਨ ਹੋ ਗਿਆ, ਕੈਪਟਨ ਗੁੱਡੀਆਂ ਦੀ ਵੀ ਗੱਲ ਅਗਰ ਆਪਾਂ ਥੋੜੀ ਜਿਹੀ ਕਰੀਏ ਜਥੇਦਾਰ ਗੁਰਚਰਨ ਸਿੰਘ ਗੁੰਗਾ, ਉਹ ਤਾਂ ਵਿਚਾਰੇ ਬਹੁਤ ਪਹਿਲਾਂ ਚਲੇ ਗਏ ਸੀ, ਉਹਨਾਂ ਦੀ ਗੱਲ ਕਰ, ਜਿੰਨੇ ਵੀ ਵੱਡੇ ਵੱਡੇ ਲੀਡਰ ਦੇਖੇ ਆ ਉਹ ਲੀਡਰ ਜੀ ਜਿਹੜੇ ਜ਼ਮੀਨ ਨਾਲ ਜੁੜੇ ਹੁੰਦੇ ਸੀ, ਜਿਹੜੇ ਇਮਾਨਦਾਰ ਸੀ ਜੀ, ਜਿਹੜੇ ਲੀਡਰ ਕਾਡਰ ਦੇ ਨਾਲ ਸਿੱਧੀ ਗੱਲ ਕਰਦੇ ਹੁੰਦੇ, ਜਿਹੜੇ ਜਿਹੜੇ ਲੀਡਰ ਲੋਕਾਂ ਦੇ ਲੀਡਰ ਨਹੀਂ ਸੀ, ਲੋਕਾਂ ਦੇ ਸਾਥੀ ਸੀ, ਉਹ ਜਦੋਂ ਉਹਨਾਂ ਦਾ ਜਿਹੜਾ ਹੈਗਾ ਜੇ ਆਪਾਂ ਕਹਿ ਦਈਏ ਉਹ ਇਕੱਲੇ ਇਕੱਲੇ ਕਰਕੇ ਲਾਂਭੇ ਕਰਦੇ ਤਾਂ ਨਤੀਜਾ ਕੀ ਹੋਇਆ ਕਿ ਜਿਹਨੂੰ ਅਸੀਂ ਟਕਸਾਲੀ ਕਹਿ ਦਿੰਦੇ, ਟਕਸਾਲੀ ਅਕਾਲੀ ਅਕਾਲੀ ਦਲ ਤੋਂ ਦੂਰ ਚਲੇ ਗਏ, ਕੁਛ ਲੋਕ ਉਹਨਾਂ ਤੋਂ ਜਿਹੜੇ ਸਪਲਿੰਟਰ ਅਕਾਲੀ ਦਲ ਅਕਾਲੀ ਦਲ ਅੰਮ੍ਰਿਤਸਰ ਚਲੇ ਗਏ, ਕੁਛ ਆਪਾਂ ਅੱਜ ਕੱਲ੍ਹ ਕਹਿ ਸਕਦੇ ਹਾਂ ਟਕਸਾਲੀ ਅਕਾਲੀ ਦਲ ਕਰੇ, ਢੀਂਡਸਾ ਸਾਹਿਬ ਤਾਂ ਹੁਣ ਆ ਗਏ, ਹੁਣ ਵੀ ਜੇ ਆਪਾਂ ਦੇਖੀਏ ਤਾਂ ਢੀਂਡਸਾ ਸਾਹਿਬ ਦੀ ਜਿਹੜੀ ਮਕਬੂਲੀਅਤ ਹੈ, ਢੀਂਡਸਾ ਸਾਹਿਬ ਦਾ ਜਿਹੜਾ ਗਰੁੱਪ ਹੈ ਜੀ ਉਹ ਵੱਧ ਰਿਹਾ, ਤਾਂ ਉਸ ਗਰੁੱਪ ਦੇ ਵਧਣ ਦਾ ਕਾਰਨ ਹੀ ਇਹ ਹੈ ਜੀ, ਇਹ ਕਿਉਂਕਿ ਵੀ ਕਿਉਂਕਿ ਕਾਡਰ ਦੀ ਜਦੋਂ ਪੁੱਛਗਿੱਛ ਨਾ ਹੋਵੇ, ਕਾਡਰ ਨੂੰ ਡਿਕਟੇਟ ਕੀਤਾ ਜਾਵੇ, ਕਾਡਰ ਨੂੰ ਹੁਕਮ ਦਿੱਤਾ ਜਾਵੇ, ਉਦੋਂ ਹਾਲਤ ਹੁੰਦੀ ਹੈ। ਸੋ ਇਹ ਦੋ ਪਰਿਵਾਰ ਹੈ, ਜਥੇਦਾਰ ਟੌੜਾ ਦਾ ਪਰਿਵਾਰ ਅਤੇ ਕੈਪਟਨ ਕਮਲਜੀਤ ਸਿੰਘ ਦਾ ਪਰਿਵਾਰ, ਅਕਾਲੀ ਰਾਜਨੀਤੀ ਦੀਆਂ ਦੋ ਮਹਾਨ ਸ਼ਖਸੀਅਤਾਂ, ਕਿਸ ਢੰਗ ਦੇ ਨਾਲ ਉਹਨਾਂ ਨੂੰ ਲਾਂਭੇ ਕੀਤਾ ਗਿਆ, ਕਿਵੇਂ ਉਹਨਾਂ ਦੇ ਪਰਿਵਾਰਾਂ ਨੂੰ ਰੋਲਿਆ ਗਿਆ, ਔਰ ਉਹਨਾਂ ਦੇ ਪਰਿਵਾਰਾਂ ਦੇ ਰੋਲਣ ਤੋਂ ਬਾਅਦ ਜੋ ਅਕਾਲੀ ਦਲ ਦੀ ਅੱਜ ਹਾਲਤ ਹੋਈ ਹੈ, ਅੱਜ ਜੇ ਅਕਾਲੀ ਦਲ ਕ੍ਰਾਈਸਿਸ ਦੇ ਵਿੱਚ ਹੈ, ਜ਼ੋਰ ਪੂਰਾ ਲਾਇਆ ਜਾ ਰਿਹਾ ਕਿ ਇਸ ਕ੍ਰਾਈਸਿਸ ਦੇ ਵਿੱਚੋਂ ਬਾਹਰ ਨਿਕਲਿਆ ਜਾਵੇ, ਨਿਕਲ ਕਿਉਂ ਨਹੀਂ ਰਿਹਾ, ਕਿਉਂਕਿ ਰੱਸੇ ਫੜ ਕੇ ਜਿਹਨਾਂ ਨੇ ਬਾਹਰ ਕੱਢਣਾ ਹੈ ਨਾ, ਉਹ ਹੈ ਨਹੀਂ ਹੁਣ, ਹੁਣ ਜਿਹੜਾ ਹੈਗਾ ਜਿਹਨੂੰ ਅਸੀਂ ਕਹਾਂਗੇ ਖੁਦਗਰਜ਼ ਅਤੇ ਮੌਕਾ ਪ੍ਰਸਤ ਉਹ ਲੀਡਰ ਟੋਲੇ ਆ ਜਿਹੜੇ ਉਹਨਾਂ ਦੇ ਵਿੱਚ ਘਿਰੇ ਹੋਏ ਹੈ, ਇਹ ਨਤੀਜਾ ਹੈ। ਵੈਸੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਕਾਸ਼ ਜੇ ਕਿਤੇ ਕੈਪਟਨ ਕਮਲਜੀਤ ਸਿੰਘ ਅਜੇ ਹੋਰ ਸਮਾਂ ਜਿਉਂਦਾ ਰਹਿੰਦੇ ਤਾਂ ਸ਼ਾਇਦ ਪੰਜਾਬ ਦੀ ਰਾਜਨੀਤੀ ਦੇ ਵਿੱਚ ਬਦਲਾਅ ਬਹੁਤ ਪਹਿਲਾਂ ਹੀ ਆ ਜਾਣਾ ਸੀ, ਜਿਹੜੀ ਕਿ ਲੋੜ ਹੈ, ਕਿਉਂਕਿ ਇਸ ਵੇਲੇ ਦੀ ਲੋੜ ਹੈ ਪਰਿਵਾਰ ਪ੍ਰਸਤੀ,
ਜਥੇਦਾਰ ਗੁਰਚਰਨ ਸਿੰਘ ਟੌੜਾ ਦੀ ਇੱਕ ਵਾਰੀ ਗੱਲ ਹੋਈ ਜਦੋਂ ਉਹਨਾਂ ਨੇ 2007 ਦੇ ਵਿੱਚ 2002 ਦੇ ਵਿੱਚ ਆਪਣਾ ਸਰਬ ਹਿੰਦ ਅਕਾਲੀ ਦਲ ਬਣਾਇਆ ਇੱਧਰ ਆਏ ਤਾਂ ਮੇਰੇ ਨਾਲ ਵੀ ਉਹਨਾਂ ਦੀ ਚੰਗੀ ਜਿਹੜੀ ਹੈਗੀ ਸੂਸਿਆਨ ਸੀ ਸਤਿ ਸ਼੍ਰੀ ਅਕਾਲ ਦਾ ਸੀ ਅਸੀਂ ਦਰਸ਼ਨ ਸਿੰਘ ਕੋਟਫਤਾ ਜਿਹਨਾਂ ਨੇ ਪੱਕਾ ਕਲਾਂ ਤੋਂ ਉਦੋਂ ਜਥੇਦਾਰ ਗੁਰਚਰਨ ਸਿੰਘ ਟੌੜਾ ਦੇ ਸਰਬ ਹਿੰਦ ਅਕਾਲੀ ਦਲ ਵੱਲੋਂ ਚੋਣ ਲੜੀ ਸੀ ਜਿਹਨੂੰ ਜਿਹੜਾ ਅਸੀਂ ਦਿਹਾਤੀ ਕਹਿ ਦਿੰਦੇ ਇਹਨਾਂ ਦੇ ਘਰ ਪਾਠ ਦਾ ਭੋਗ ਸੀਗਾ ਅਤੇ ਟੌੜਾ ਸਾਹਿਬ ਵੀ ਆਏ ਸੀ ਮੈਂ ਵੀ ਉੱਥੇ ਗਿਆ ਸੀ ਅਤੇ ਉਹਦੇ ਗੱਲਾਂ ਗੁੱਲਾਂ ਕਰਨ ਲੱਗੇ ਟੌੜਾ ਸਾਹਿਬ ਨਾਲ ਮੈਂ ਪੁੱਛਿਆ ਮੈਂ ਕਿਹਾ ਜਥੇਦਾਰ ਟੌੜਾ ਜੀ ਤੁਹਾਡੀ ਜ਼ਿੰਦਗੀ ਦੀ ਸਭ ਤੋਂ ਜਿਹੜੀ ਹੈਗੀ ਤੁਸੀਂ ਆਪਣੀ ਜ਼ਿੰਦਗੀ ਦੀ ਕੋਈ ਕਮਜ਼ੋਰੀ ਦੱਸੋ ਤੁਹਾਡੀ ਜ਼ਿੰਦਗੀ ਦੀ ਕਮਜ਼ੋਰੀ ਕੀ ਸੀ ਉਹ ਮੈਨੂੰ ਕਹਿੰਦਾ ਉਹ ਮੈਥੋਂ ਇੱਕੋ ਹੀ ਕਮਜ਼ੋਰੀ ਰਹਿ ਗਈ ਕੀ ਗੱਲ ਆ ਮੇਰੇ ਚਾਰ ਚੇਲਿਆਂ ਬਾਲਕਿਆਂ ਨੇ ਮੈਥੋਂ ਗਲਤ ਕੰਮ ਕਰਵਾਤਾ ਮੈਂ ਕਿਹਾ ਜੀ ਕੀ ਕੰਮ ਕਰਵਾਤਾ ਕਹਿੰਦਾ ਹਰਮੇਲ ਨੂੰ ਮੇਰਾ ਰਾਜਨੀਤਿਕ ਵਾਰਸਕ ਜਿਹੜਾ ਵਾਰਸ ਆ ਉਹ ਨਾਮਜ਼ਦ ਕਰਵਾਤਾ ਹਰਮੇਲ ਜਿਹੜਾ ਉਹਨਾਂ ਦਾ ਸਨ ਇਨਲਾ ਸੀ ਉਹਨਾਂ ਦੀ ਅਡੋਪਟਡ ਬੇਟੀ ਦਾ ਕਹਿੰਦਾ ਮੈਂ ਇਹ ਗਲਤੀ ਕਰ ਬੈਠਾ ਮੈਂ ਤਾਂ ਪਰਿਵਾਰ ਪ੍ਰਸਤੀ ਦੇ ਖਿਲਾਫ਼ ਲੜਨ ਵਾਲਾ ਬੰਦਾ ਸੀ ਅਤੇ ਮੈਨੂੰ ਫਿਰ ਕਹਿੰਦਾ ਪਰਿਵਾਰ ਪ੍ਰਸਤੀ ਵਾਲੇ ਜਿਹੜੇ ਆ ਸਿਕੰਜੇ ਦੇ ਵਿੱਚ ਫਸਾਤਾ ਮੇਰੀ ਜ਼ਿੰਦਗੀ ਦੀ ਕਹਿੰਦਾ ਆਹ ਗਲਤੀ ਹੈ ਦੂਜੀ ਮੇਰੀ ਜ਼ਿੰਦਗੀ ਦੀ ਗਲਤੀ ਹੈ ਕਿ ਮੈਂ ਆਪਣੀ ਜਿਹੜੀ ਹੈ ਲੜਾਈ ਉਹਨੂੰ ਬਾਦਲ ਦੇ ਖਿਲਾਫ਼ ਸਿਖਰ 'ਤੇ ਲੈ ਜਾਂਦਾ ਸੀ ਪਰ ਮੇਰੇ ਜਿਹੜੇ ਆਲੇ ਦੁਆਲੇ ਹੈ ਨਾ ਉਹ ਮੇਰੇ ਆਲੇ ਦੁਆਲੇ ਵਾਲੇ ਵੀ ਬਾਦਲਾਂ ਨੂੰ ਘੱਟ ਨਹੀਂ ਜੇ ਇੱਕ ਜਣਾ ਜੇਬ ਦੇ ਵਿੱਚੋਂ ਕਿਸੇ ਦੇ ਪੈਸੇ ਕੱਢਦਾ ਤਾਂ ਮੇਰੇ ਵਾਲੇ ਕਹਿੰਦਾ ਖੀਸਾ ਪੱਟ ਕੇ ਲੈ ਜਾਂਦੇ ਆ ਆਹ ਕਹਿੰਦਾ ਇਹਦਾ ਕਰਕੇ ਮੇਰੀ ਜ਼ਿੰਦਗੀ 'ਚ ਮਾਰ ਪਈ ਹੈ ਪਰ ਫਿਰ ਵੀ ਮੈਂ ਮਹਿਸੂਸ ਕਰਦਾ ਕਿ ਕੈਪਟਨ ਕਮਲਜੀਤ ਸਿੰਘ ਇਸ ਪੱਖੋਂ ਲੱਕੀ ਸੀ ਜੀ ਠੀਕ ਹੈ ਕਿਉਂਕਿ ਕੈਪਟਨ ਕਮਲਜੀਤ ਸਿੰਘ ਦੇ ਨਾਲ ਅਜਿਹਾ ਕੋਈ ਬੰਦਾ ਨਹੀਂ ਸੀ ਜੀ ਸੋ ਬੜਾ ਨੁਕਸਾਨ ਹੋਇਆ ਪਰ ਤਰਸ ਆਉਂਦਾ ਹੈ ਕਿ ਐਡੀ ਮਹਾਨ ਪਾਰਟੀ ਅਕਾਲੀ ਦਲ ਜੀ ਦਾ ਐਡਾ ਵੱਡਾ ਵਿਰਸਾ ਹੋਵੇ ਜਿਹੜੀ ਕਦੇ ਕਾਡਰ ਦੀ ਪਾਰਟੀ ਹੁੰਦੀ ਸੀ ਉਹਨਾਂ ਦੇ ਪਰਿਵਾਰ ਪਹਿਲਾਂ ਪਰਿਵਾਰਾਂ ਨੂੰ ਇਸ ਪਾਸੇ ਪਾਉਣਾ ਅਤੇ ਫਿਰ ਪਰਿਵਾਰਾਂ ਨੂੰ ਡੋਲਣਾ ਹਾਸ਼ੀਏ 'ਤੇ ਲੈ ਕੇ ਚਲੇ ਗਏ ਹੈ ਨਾ ਦੋਨਾਂ ਹੀ ਪਰਿਵਾਰਾਂ ਨੂੰ ਬਹੁਤ ਦੁੱਖ ਹੋਇਆ ਅਗਰ ਮੈਂ ਕਹਾਂ ਸੁਣ ਕੇ ਕਿ ਕਿਤੇ ਨਾ ਕਿਤੇ ਉਹਨਾਂ ਦੀ ਸਮਰਪਣ ਭਾਵਨਾ ਸੀ ਪੰਜਾਬ ਦੇ ਪ੍ਰਤੀ ਉਹ ਅਜਿਹੇ ਲੀਡਰ ਸਨ ਜੀ 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 ਬਹੁਤ ਧੰਨਵਾਦ ਢਿੱਲੋਂ ਸਾਹਿਬ ਅੱਜ ਆਪਾਂ ਇਸ ਖਾਸ ਤੌਰ 'ਤੇ ਆਪਣੇ ਐਕਸਕਲੂਸਿਵ ਪ੍ਰਾਈਮ ਟਾਈਮ ਵਿਦ ਬਖਤੌਰ ਢਿੱਲੋਂ ਦੇ ਵਿੱਚ ਗੱਲ ਕੀਤੀ ਹੈ ਦੋ ਪਰਿਵਾਰਾਂ ਦਾ ਕਿਸ ਤਰ੍ਹਾਂ ਮਤਲਬ ਘਾਣ ਕੀਤਾ ਗਿਆ ਹਾਸ਼ੀਏ 'ਤੇ ਲੈ ਕੇ ਗਏ ਸਿਆਸੀ ਤੌਰ 'ਤੇ ਖਾਸ ਤੌਰ 'ਤੇ ਗੱਲ ਕੀਤੀ ਗਈ ਅਕਾਲੀ ਦਲ ਬਾਦਲ ਦੀ ਬਾਦਲ ਦੋਨੇ ਪਿਓ ਪੁੱਤ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਕਿੱਥੇ ਲੈ ਕੇ ਗਏ ਨੇ ਦਰਸ਼ਕਾਂ ਨੂੰ ਇਸ ਦੀ ਉਤਸੁਕਤਾ ਰਹੇਗੀ ਜਾਣਨ ਦੀ ਅੱਗੇ ਵੀ ਭਵਿੱਖ ਦੇ ਵਿੱਚ ਜਿਵੇਂ ਤੁਸੀਂ ਗੱਲਾਂ ਕੀਤੀਆਂ ਨੇ ਕਿ ਕੁਝ ਐਪੀਸੋਡਸ ਤੁਸੀਂ ਖਾਸ ਤੌਰ 'ਤੇ ਹੋਰ ਲੈ ਕੇ ਆਓਗੇ ਇਹਨਾਂ ਚੀਜ਼ਾਂ ਦੇ ਸੰਬੰਧ ਦੇ ਵਿੱਚ ਹੀ ਅਤੇ ਅੱਜ ਦੇ ਲਈ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਇਸੇ ਤਰ੍ਹਾਂ ਮੈਨੂੰ ਖੁਸ਼ਪ੍ਰੀਤ ਸਿੱਧੂ ਨੂੰ ਅੱਜ ਦਾ ਐਕਸਕਲੂਸਿਵ ਪ੍ਰਾਈਮ ਟਾਈਮ ਵਿਦ ਬਖਤੌਰ ਢਿੱਲੋਂ ਆਪਣੇ ਤਕਨੀਕੀ ਸਹਿਯੋਗੀ ਗੁਰਦਾਸ ਧਾਲੀਵਾਲ ਦੇ ਨਾਲ ਖਤਮ ਕਰਨ ਦੀ ਦਿਓ ਇਜਾਜ਼ਤ ਤੁਸੀਂ ਰਹੋ ਚੜ੍ਹਦੀ ਕਲਾ ਦੇ ਵਿੱਚ ਸਤਿ ਸ਼੍ਰੀ ਅਕਾਲ